ਵਾਹਿਗੁਰੂ ਜੀ। ਹਮ ਅਵਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋ ਪਰਮ ਪੈ ਭੁੱਲੇ, ਸੁਤ ਦਾ ਰਸੋ ਪ੍ਰੀਤ ਲਗਾ। ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮ ਤ੍ਰਾਸ ਮਿਟਾਈ। ਇਕਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨ। ਸਾਰੇ ਆਖੋ ਗੁਰ ਰਾਮਦਾਸ ਰੱਖੋ ਸ਼ਰਨ। ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ, ਖਾਵੇਂ ਖਰਚੇ ਰਲ ਮਿਲ ਪਾਈ, ਟੋਟ ਨਾ ਆਵੇ। ਇਹ ਪਿਓ ਦਾਦੇ ਦਾ ਖਜ਼ਾਨਾ ਹੈ ਸਾਡੇ ਕੋਲ, ਸਾਡੇ ਪਿਤਾ ਜੀ ਇਹ ਸਾਨੂੰ ਖਜ਼ਾਨਾ ਦੇ ਗਏ, ਗੁਰੂ ਨਾਨਕ ਪਿਤਾ। ਆਪਾਂ ਥੋੜ੍ਹਾ ਜਿੰਨਾ ਕੋਈ ਸਮਾਂ ਆਪਣੇ ਕੋਲ ਹੈਗਾ, ਆਪਾਂ ਸਾਰਿਆਂ ਨੇ ਪਿਆਰ ਨਾਲ ਹੈ ਨਾ ਇਹਦੇ ਵਿੱਚੋਂ ਕੁਛ ਲੱਭਣਾ ਹੈ। ਇਹ ਗੁਰਸਾਗਰ ਰਤਨੀ ਭਰਪੂਰੇ, ਰਤਨਾਂ ਦਾ ਭਰਿਆ ਹੋਇਆ ਹੈ। ਕੋਈ ਇੱਕ ਰਤਨ ਹੀ ਸਾਡੇ ਹੱਥ ਆ ਜਾਏ ਅਸੀਂ ਮਾਲਾ ਮਾਲ ਹੋ ਜਾਣਾ। ਸਮਝਦੇ ਜੀ? ਵਾਹਿਗੁਰੂ। ਸਰੋਵਰ ਤਾਂ ਭਰਿਆ ਹੈ, ਸਾਗਰ ਤਾਂ ਭਰਿਆ ਹੈ, ਪਰ ਸਾਡੇ ਹੱਥ ਇੱਕ ਹੀ ਲੱਗ ਜਾਏ ਬੜਾ। ਇੱਕ ਰਤਨ ਵੀ ਜਿਹਦੇ ਕੋਲ ਹੋਵੇ ਉਹ ਵੀ ਮਾਲਾ ਮਾਲ ਹੋ ਗਿਆ। ਵਾਹਿਗੁਰੂ ਗੱਜ ਕੇ ਬੋਲਿਆ ਕਰੋ, ਵਾਹਿਗੁਰੂ ਵਾਹਿਗੁਰੂ। ਇਹੀ ਬੋਲਣ ਆਏ ਅਸੀਂ ਸੰਸਾਰ 'ਤੇ। ਬਾਕੀ ਅਸੀਂ ਜੋ ਵੀ ਬੋਲ ਰਹੇ ਹਾਂ ਨਾ ਬੀਬਾ ਜੀ, ਗੱਲਾਂ ਨਹੀਂ ਕਰਨੀਆਂ। ਵਾਹਿਗੁਰੂ ਆਪਣੀਆਂ ਗੱਲਾਂ ਨਹੀਂ ਕਰਨੀਆਂ, ਥੋੜ੍ਹਾ ਦਿਲ ਦਿਲ 'ਚ ਸੁਣ ਲਿਓ ਨਾ, ਪ੍ਰਵਾਨ ਕਰਿਓ, ਗੁੱਸਾ ਨਾ ਕਰਿਓ। ਮੈਂ ਐਡੀ ਦੂਰੋਂ ਆਇਆ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਨ, ਜੇ ਤੁਸੀਂ ਆਪਣੀਆਂ ਕਰਨੀਆਂ ਨੇ ਫਿਰ ਮੈਂ ਕਾਹਤੋਂ ਕਰਨੀਆਂ ਨੇ। ਵਾਹਿਗੁਰੂ ਵਾਹਿਗੁਰੂ। ਗੁਰਦੁਆਰੇ ਕੀ ਕਰਨ ਆਉਣਾ? ਸੁਣਨ ਆਉਣਾ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁੱਖ ਭਣੀਏ, ਗੁਰੂ ਨੂੰ ਮੱਥਾ ਟੇਕ ਕੇ ਅਤੇ ਰਸਨਾ ਨਾਲ ਜੋ ਬੋਲਿਆ ਜਾ ਰਿਹਾ ਨਾਲ ਬੋਲੀਏ। ਇਹ ਕੀ ਹੈ? ਬੋਲੋ ਵਾਹਿਗੁਰੂ। ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ, ਬੋਲੋ। ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ। ਅੰਮ੍ਰਿਤ ਬਚਨ ਸਤਿਗੁਰਾਂ ਦੀ ਬਾਣੀ ਕੀ ਹੈ ਜੀ? ਅੰਮ੍ਰਿਤ, ਅੰਮ੍ਰਿਤ ਬਚਨ। ਹਾਂਜੀ, ਇਹਦਾ ਅਰਥ ਇਹੀ ਬਣਿਆ ਨਾ, ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ। ਜੋ ਬੋਲੇ, ਬੋਲੋ, ਸੋ ਮੁਖ ਅੰਮ੍ਰਿਤ ਪਾਵੈ। ਤੇ ਅਸੀਂ ਤੇ ਬੋਲਦੇ ਹੀ ਨਹੀਂ, ਤੇ ਅੰਮ੍ਰਿਤ ਕਿੱਥੋਂ ਮੂੰਹ ਚ ਪਿਆ ਫਿਰ? ਮਾਫ ਕਰਨਾ, ਬੋਲੋ ਵਾਹਿਗੁਰੂ 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 ਵਾਹਿਗੁਰੂ। ਜਿਹੜਾ ਬੋਲੇਗਾ ਉਹਦੇ ਮੂੰਹ ਚ ਅੰਮ੍ਰਿਤ ਪਏਗਾ, ਜਿਹੜਾ ਨਹੀਂ ਬੋਲੇਗਾ ਉਹ ਰਹਿ ਜਾਏਗਾ ਖਾਲੀ ਅੰਮ੍ਰਿਤ ਤੋਂ। ਬੋਲ ਲਓ, ਅੱਜ ਬੋਲ ਲਓ, ਕੱਲ ਬੋਲ ਲਓ, ਪਰਸੋਂ ਪੀ ਲਓ, ਜਦੋਂ ਤੁਹਾਡਾ ਜੀ ਕਰੇ ਉਦੋਂ ਪੀ ਲਿਓ। ਮੈਂ ਤਾਂ ਕਹਿੰਦਾ ਹੁਣੇ ਪੀ ਲਓ, ਹੁਣੇ ਪੀ ਲਓ, ਕੱਲ ਨੂੰ, ਕੱਲ ਦਾ ਪਤਾ ਨਹੀਂ ਕੀ ਹੋਣਾ ਕੀ ਨਹੀਂ। ਬੋਲੋ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਾਲ ਕਰਨ ਤੇ ਆਬੇ ਘਰ ਆਪ ਕਰਤਾ ਸੁਰਤਾਲ, ਪਾਛੇ ਕਛੁ ਨਾ ਹੋਏ ਗੋ ਜੋ ਸਰ ਪਰ ਆਵੇ ਕਾਲ। ਮੌਤ ਸਿਰ ਤੇ ਆ ਗਈ ਫਿਰ ਨਾਮ ਥੋੜੀ ਜਪੇ ਜਾਣਾ, ਫਿਰ ਐਸੇ ਸਵਾਸ ਚ ਕਹਿ ਦੇ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਪੀ ਵਾਹਿਗੁਰੂ, ਪੀ ਅੰਮ੍ਰਿਤ ਅਗਾਨਿਆ, ਗੁਰ ਅਮਰ ਕਰਾਇਆ, ਪੀ ਅੰਮ੍ਰਿਤ ਅਗਾਨਿਆ, ਗੁਰ ਅਮਰ ਕਰਾਇਆ, ਪੀ ਅੰਮ੍ਰਿਤ ਅਗਾਨਿਆ। ਰੱਜ ਗਿਆ, ਅਮਰ ਹੋ ਗਿਆ, ਮੌਤ ਤੋਂ ਰਹਿਤ ਹੋ ਗਿਆ, ਜਿਹਨੂੰ ਇੱਕ ਬੂੰਦ ਅੰਮ੍ਰਿਤ ਦੀ ਮਿਲ ਗਈ। ਮੋਲਿਓ ਮਨ ਧਨ ਹੋਇਓ ਹਰਿਆ, ਇੱਕ ਬੂੰਦ ਜਿਨ ਪਾਈ। ਸਾਰੀ ਜ਼ਿੰਦਗੀ 'ਚ ਇੱਕ ਬੂੰਦ ਪ੍ਰਾਪਤ ਹੋ ਜਾਏ ਗੁਰੂ ਗ੍ਰੰਥ ਸਾਹਿਬ ਚੋਂ ਸੱਚੇ ਪਾਤਸ਼ਾਹ ਨੂੰ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੋਲਿਓ ਮਨ ਧਨ ਹੋਇਓ ਹਰਿਆ, ਜੇ ਸੁੱਕੇ ਆ ਨਾ ਅੰਦਰੋਂ ਸੁੱਕੇ ਆ ਨਾ, ਕਿਉਂ ਸੁੱਕੇ ਆ? ਜੇ ਬੂੰਦ ਪ੍ਰਾਪਤ ਨਹੀਂ ਹੋਈ, ਅਜੇ ਬੂੰਦ ਪ੍ਰਾਪਤ ਨਹੀਂ ਹੋਈ। ਵਾਹਿਗੁਰੂ 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 ਵਾਹਿਗੁਰੂ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੂਆ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਇੱਕ ਬੂੰਦ ਗੁਰੂ ਨੇ ਦਿੱਤੀ ਅੰਮ੍ਰਿਤ ਦੀ, ਇੱਕ ਬੂੰਦ ਅਟਲ ਅਮਰ ਹੋ ਗਿਆ। ਤੂੰ ਗੁਰਦੁਆਰੇ ਕੀ ਕਰਨ ਆਉਣਾ? ਸੁਣਨ ਆਉਣਾ। ਬੋਲੋ ਵਾਹਿਗੁਰੂ ਵਾਹਿਗੁਰੂ। ਤੇ ਜਦੋਂ ਸੁਣੋਗੇ ਫਿਰ ਕੀ ਹੋਏਗਾ? ਸੁਣੇ ਸਿੱਧ ਪੀਰ ਸੁਰਨਾਥ,
ਪਦਵੀਆਂ ਪ੍ਰਾਪਤ ਹੋ ਜਾਣਗੀਆਂ। ਜਿਹੜੀਆਂ ਸਿੱਧ ਪੀਰ ਰਾਮ ਇੰਨੀ ਮਿਹਨਤ ਕਰ ਕਰਕੇ ਪਦਵੀਆਂ ਪ੍ਰਾਪਤ ਨਹੀਂ ਹੋਈਆਂ, ਉਹ ਸਹਿਜੇ ਹੀ ਤੁਹਾਨੂੰ ਨਾਮ ਸੁਣਨ ਕਰਕੇ ਪ੍ਰਾਪਤ ਹੋ ਜਾਣਗੀਆਂ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤਵਲ ਅਕਾਲ, ਸੁਣੇ ਦੀਪ ਲੋ ਪਾਤਾਲ, ਸੁਣੇ ਪੋਏ ਨਾ ਸਤਿ ਅਕਾਲ, ਮੌਤ ਵੀ ਨਹੀਂ ਆਏਗੀ ਲਾਗੇ। ਤੇ ਨਾਨਕ ਭਗਤਾਂ ਸਦਾ ਵਿਕਾਸ। ਵਾਹਿਗੁਰੂ, ਜੇ ਸਾਨੂੰ ਖੇੜਾ ਨਹੀਂ ਮਿਲਿਆ ਤੇ ਫਿਰ ਅਸੀਂ ਅਜੇ ਭਗਤ ਨਹੀਂ ਬਣੇ ਨਾ। ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸੱਤ ਆ, ਜੇ ਸਾਡੇ ਅੰਦਰ ਵਿਕਾਸ ਨਹੀਂ ਹੋਇਆ, ਜੇ ਸਾਡੇ ਅੰਦਰ ਪ੍ਰਕਾਸ਼ ਨਹੀਂ ਹੋਇਆ, ਜੇ ਸਾਡੇ ਅੰਦਰ ਕੋਈ ਘਾਟ ਹੈ ਤੇ ਫਿਰ ਮੇਰੀ ਹੈ ਨਾ। ਬਾਣੀ 'ਚ ਤਾਂ ਕੋਈ ਘਾਟ ਨਹੀਂ ਹੈਗੀ ਨਾ। ਉਹ ਤਾਂ ਕਹਿੰਦਾ ਭਗਤਾਂ ਦੇ ਅੰਦਰ ਸਦਾ ਵਿਕਾਸ ਹੋਣਾ ਚਾਹੀਦਾ ਸੀ, ਸਿੱਖ ਦੇ ਅੰਦਰ ਸਦਾ ਦਾ ਖੇੜਾ ਹੋਣਾ ਚਾਹੀਦਾ ਸੀ। ਸੁਣਿਆ ਦੁੱਖ, ਫਿਰ ਤਾਂ ਮਤਲਬ ਸੁਣਿਆ ਨਹੀਂ ਅਜੇ ਦੁਖੀਆਂ 'ਤੇ। ਜੇ ਕੋਈ ਦੁੱਖ ਲੱਗਿਆ ਤੇ ਜੇ ਸੁਣਿਆ ਨਹੀਂ, ਜੇ ਕਿਤੇ ਸੁਣਿਆ ਹੁੰਦਾ ਨਾ ਇੱਕ ਵਾਰੀ, ਵਾਹਿਗੁਰੂ ਵਾਹਿਗੁਰੂ ਅੰਦਰ ਸੁਣ ਜਾਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕੋ ਵਾਰ ਨਾਲ ਹੀ ਸਾਰੇ ਦੁੱਖੜੇ ਦੂਰ ਹੋ ਜਾਣੇ, ਸਾਰੇ ਜਨਮਾਂ ਜਨਮਾਂ ਦੇ ਲੱਖਾਂ ਕਰੋੜਾਂ ਮਨ ਲੱਕੜੀ ਲਿਆ ਕੇ ਇੱਕ ਜਗ੍ਹਾ 'ਤੇ ਇਕੱਠੀ ਕਰ ਦਿਓ ਤੇ ਉਹਨੂੰ ਸਾੜਨ ਲਈ ਇੱਕੋ ਹੀ ਤੀਲੀ ਚਾਹੀਦੀ। ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਇੱਕ ਵਾਰ ਹੀ ਵਾਹਿਗੁਰੂ ਕਹਿਣ ਨਾਲ ਨਸ਼ਟ ਹੋ ਜਾਣ, ਪਰ ਰਸਨਾ ਦੇ ਤਲ 'ਤੇ ਨਹੀਂ ਹੈ। ਵਾਹਿਗੁਰੂ 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 ਵਾਹਿਗੁਰੂ, ਖੇਡ ਅੰਦਰ ਦੀ ਹੈ। ਬੋਲੋ ਵਾਹਿਗੁਰੂ 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 ਵਾਹਿਗੁਰੂ, ਸਾਰੀ ਖੇਡ ਅੰਦਰ ਦੀ ਹੈ। ਅਸੀਂ ਬਾਹਰੋਂ ਲੱਭਦੇ ਫਿਰਦੇ ਹਾਂ ਅਤੇ ਬਾਹਰ ਤਾਂ ਕੁਛ ਹੈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਬੜਾ ਦੁੱਖ ਪਾਇਆ, ਬੜਾ ਲੱਭਦੇ ਫਿਰਦੇ, ਸ਼ਾਂਤੀ ਲੱਭਦੇ ਫਿਰਦੇ, ਗੁਰਦੁਆਰਿਆਂ 'ਚੋਂ, ਮੰਦਰਾਂ 'ਚੋਂ, ਮਸਜਿਦਾਂ 'ਚੋਂ ਸਭ ਸ਼ਾਂਤੀ ਲੱਭਦੇ ਫਿਰਦੇ, ਉਹ ਅੰਦਰ ਸੀ, ਲੱਭਦੇ ਬਾਹਰੋਂ ਪਏ, ਲੱਭੇ ਕਿਵੇਂ? ਵਾਹਿਗੁਰੂ 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 ਵਾਹਿਗੁਰੂ, ਅੰਦਰ ਨਾ ਸਾਂਝ ਪਾ। ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ 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 ਵਾਹਿਗੁਰੂ। ਸੰਸਾਰ ਦੀ ਇੱਕ ਮੁਸ਼ਕਲ ਹੈ, ਮੁਸ਼ਕਲ ਕੀ ਹੈ, ਜੋ ਪ੍ਰੋਬਲਮ ਕੀ ਹੈ, ਰੋਗ ਕੀ ਹੈ ਸਾਨੂੰ, ਵੀ ਅਸੀਂ ਬੋਲਣ ਨੂੰ ਚੁੱਪ ਨਹੀਂ ਕਰ ਸਕਦੇ। ਤੁਸੀਂ ਹੁਣ ਸਾਰੇ ਜਣ ਬੈਠੇ ਹੋ, ਮੈਂ ਵੀ ਬੈਠਾ ਵਾਂ, ਤੁਸੀਂ ਅੱਖਾਂ ਬੰਦ ਕਰ ਲਓ ਅਤੇ ਇੱਕ ਮਿੰਟ ਚੁੱਪ ਕਰਕੇ ਦੇਖੋ, ਚੁੱਪ ਹੋ ਗਏ ਅੰਦਰੋਂ? ਦੇਖ ਲਓ, ਚੈੱਕ ਕਰ ਲਓ ਆਪਣੇ ਆਪ ਨੂੰ, ਸਾਰੇ ਅੰਦਰੋਂ ਚੁੱਪ ਹੋ ਗਏ? ਖੋਲ ਔਖਾ ਕੋਈ ਨਾ, ਵਾਹਿਗੁਰੂ। ਹੁਣ ਤੁਸੀਂ ਆਪਣੇ ਆਪ ਨੂੰ ਚੈੱਕ ਕੀਤਾ, ਦੇਖੋ ਤੁਹਾਡੇ ਫੁਰਨੇ ਬੰਦ ਹੋ ਗਏ ਸੀ ਅੰਦਰੋਂ? ਚੈੱਕ ਕਰ ਲਓ, ਫਿਰ ਕਰ ਲਓ, ਵੀ ਅੰਦਰੋਂ ਤਾਂ ਬੋਲੀ ਜਾ ਰਹੇ ਹੋ, ਭਾਵੇਂ ਬਾਹਰੋਂ ਚੁੱਪ ਕਰਕੇ ਬੈਠੇ ਹੋ। ਅਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਇਹ ਬਿਮਾਰੀ ਲੱਗੀ ਸਾਰੇ ਜਗਤ ਨੂੰ, ਹੱਲ ਕਰੀਏ ਨਾ ਕੋਈ। ਬੋਲੋ ਵਾਹਿਗੁਰੂ ਵਾਹਿਗੁਰੂ, ਤੁਹਾਡੇ ਕੋਲ ਆਇਆ ਕੋਈ ਹੱਲ ਹੋ ਜਾਏ ਸਾਡੀ ਕਿਸੇ ਬਿਮਾਰੀ ਦਾ, ਇੱਕ ਦਾ ਹੀ ਹੱਲ ਹੋ ਜਾਏ। ਬੋਲੋ ਵਾਹਿਗੁਰੂ ਵਾਹਿਗੁਰੂ, ਤਾਂ ਹੀ ਫਾਇਦਾ ਮੇਰਾ ਇੱਥੇ ਆਉਣ ਦਾ। ਬੋਲੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਕਿਉਂ ਬੋਲਣਾ ਉਹ ਮੈਂ ਦੱਸਣ ਲੱਗਾ ਤੁਹਾਨੂੰ, ਵਾਹਿਗੁਰੂ ਕਿਉਂ ਬੋਲਣਾ। ਬੋਲੋ ਵਾਹਿਗੁਰੂ ਵਾਹਿਗੁਰੂ, ਅਸੀਂ ਚੁੱਪ ਨਹੀਂ ਕਰ ਸਕਦੇ, ਸਾਨੂੰ ਬਿਮਾਰੀ ਹੈ, ਸਾਰੇ ਸੰਸਾਰ ਨੂੰ ਇਹ ਬਿਮਾਰੀ ਹੈ, ਬੋਲੀ ਜਾਂਦਾ ਬੋਲੀ ਜਾਂਦਾ, ਚੁੱਪ ਕੀਤਾ ਵੀ ਬੋਲੀ ਜਾਂਦਾ, ਉੱਦਾਂ ਵੀ ਬੜਾ ਬੋਲਦੇ ਹਾਂ ਅਸੀਂ, ਘੱਟ ਨਹੀਂ ਕਰਦੇ। ਕੀਰਤਨ ਕਰਕੇ ਜੇ ਵੇਖਣਾ ਹੋਵੇ ਨਾ, ਜਦੋਂ ਤੁਸੀਂ ਕੀਰਤਨ ਸੁਣ ਕੇ ਅਤੇ ਬਾਹਰ ਨਿਕਲੇ ਹੋ ਅਤੇ ਉਹਦਾ ਅਸਰ ਜਾ ਕੇ ਲੰਗਰ 'ਚ ਦੇਖਿਓ, ਜੇ ਤਾਂ ਚੁੱਪ ਨੇ ਤਾਂ ਫਿਰ ਤਾਂ ਕੀਰਤਨ ਸੁਣਿਆ, ਅਤੇ ਜੇ ਥੱਲੇ ਜਾ ਕੇ ਰੌਲਾ ਪਾਇਆ ਤਾਂ ਕੱਖ ਨਹੀਂ ਸੁਣਿਆ। ਜਿਹਨੂੰ ਸੁਣ ਗਿਆ ਉਹਨੇ ਤਾਂ ਉਹਦੇ ਨਾਲ ਜੁੜ ਜਾਣਾ, ਉਹਨੂੰ ਸੁਣਨਾ ਸੀ ਨਾ, ਜਿਹਨੂੰ ਸੁਣਨ ਆਏ ਹੋ ਗੁਰਦੁਆਰੇ, ਕਿਹਨੂੰ ਸੁਣਨ ਆਏ ਹੋ? ਗੁਰੂ ਗ੍ਰੰਥ ਸਾਹਿਬ ਨੂੰ। ਅਤੇ ਗੁਰੂ ਗ੍ਰੰਥ ਸਾਹਿਬ ਕੌਣ ਹੈ? ਪਰਮਾਤਮਾ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਹੋਰ ਕਿਹੜਾ ਨਿਰੰਕਾਰ ਲੱਭਦੇ ਜੇ, ਸਾਹਮਣੇ ਤਾਂ ਬੈਠਾ ਹੈ। ਵਾਹਿਗੁਰੂ 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 ਵਾਹਿਗੁਰੂ। ਅਤੇ ਜਦੋਂ ਨਿਰੰਕਾਰ ਨੂੰ ਸੁਣ ਲਿਆ ਤੇ ਫਿਰ ਹੋਰ ਕਿਸੇ ਨੂੰ ਸੁਣਨ ਦੀ ਇੱਛਾ ਰਹਿ ਜਾਏਗੀ? ਜੇ ਕਿਸੇ ਹੋਰ ਨੂੰ ਸੁਣਨ ਦੀ ਇੱਛਾ ਹੈ ਨਾ, ਤੇ ਅਜੇ ਨਿਰੰਕਾਰ ਨੂੰ ਨਹੀਂ ਸੁਣਿਆ। ਬੋਲੋ ਵਾਹਿਗੁਰੂ 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 ਵਾਹਿਗੁਰੂ। ਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਇਹ ਸਾਰੇ ਬੋਲੀ ਜਾਂਦੇ ਨੇ, ਇਹਨਾਂ ਨੂੰ ਤੇ ਬਿਮਾਰੀ ਲੱਗ ਗਈ, ਇਹ ਚੁੱਪ ਨਹੀਂ ਕਰਦੇ, ਜਨਮਾਂ ਜਨਮਾਂਤਰਾਂ ਤੋਂ ਬੋਲੀ ਜਾਂਦੇ ਨੇ। ਤੇ ਇਹ ਜਿਹੜੇ ਸਾਡੇ ਅੰਦਰ ਦੇ ਬੋਲ ਨੇ, ਇਹ ਸਾਡੇ ਜੀਵਨ ਦਾ ਮੂਲ ਕਾਰਨ ਹੈ, ਜਨਮ ਮਰਨ ਦਾ।
ਜੋ ਅਸੀਂ ਸੋਚਦੇ ਪਏ ਹਾਂ, ਜੋ ਅਸੀਂ ਸੋਚਦੇ ਪਏ ਹਾਂ ਅਖੀਰਲੇ ਸਵਾਸ, ਜੋ ਅਸੀਂ ਸੋਚਿਆ ਪਰਮੇਸ਼ਰ ਨੇ ਕਹਿਣਾ ਚੰਗਾ ਤੈਨੂੰ ਇਹ ਚਾਹੀਦਾ ਸੀ, ਤੂੰ ਇਹ ਲੈ ਲੈ, ਇੱਕ ਜਨਮ ਹੋਰ ਲੈ ਲੈ, ਅਗਲੇ ਜਨਮ ਸੋਚਿਆ ਇੱਕ ਜਨਮ ਹੋਰ ਲੈ ਲੈ, ਸੋਚ ਮੁੱਕਣੀ ਨਹੀਂ, ਜਨਮ ਮੁੱਕਣਾ ਨਹੀਂ। ਵਾਹਿਗੁਰੂ ਬੋਲੋ, ਵਾਹਿਗੁਰੂ। ਹੁਣ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਚੁੱਪ ਨਹੀਂ ਕਰਦੇ, ਜਨਮਾਂ ਤੋਂ ਬੋਲੀ ਜਾਂਦੇ ਨੇ, ਅਤੇ ਮੈਂ ਇਹਨਾਂ ਦਾ ਇਲਾਜ ਕਰਨਾ ਹੈ, ਅਤੇ ਮੈਂ ਹੁਣ ਇਲਾਜ ਵੀ ਕੀ ਕਰਾਂ ਵੀ ਇਹਨਾਂ ਚੁੱਪ ਤਾਂ ਕਰਨਾ ਨਹੀਂ, ਜੇ ਮੈਂ ਇਹਨਾਂ ਨੂੰ ਕਿਹਾ ਚੁੱਪ ਕਰ ਜਾਓ ਇਹਨਾਂ ਨੂੰ ਚੁੱਪ ਨਹੀਂ ਕਰਨਾ, ਮੈਂ ਵੀ ਤੁਹਾਨੂੰ ਕਿਹਾ ਚੁੱਪ ਕਰ ਜਾਓ ਤੁਸੀਂ ਨਹੀਂ ਕਰਨਾ, ਤੁਸੀਂ ਅੰਦਰੋਂ ਤਾਂ ਬੋਲੀ ਜਾਣਾ, ਉਦਾਂ ਭਾਵੇਂ ਚੁੱਪ ਕਰਕੇ ਬਹਿ ਗਏ ਪਰ ਅੰਦਰੋਂ ਬੋਲੀ ਜਾ ਰਹੀ। ਬੋਲੋ ਵਾਹਿਗੁਰੂ, ਵਾਹਿਗੁਰੂ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਚੁੱਪ ਨਹੀਂ ਕਰਾਉਂਦਾ, ਤੁਸੀਂ ਬੋਲੋ। ਅਤੇ ਤੁਸੀਂ ਪੁੱਛੋ ਧੰਨ ਗੁਰੂ ਨਾਨਕ ਸਾਹਿਬ ਜੀ ਕੀ ਬੋਲਣਾ, ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਦੱਸੋ ਮੈਂ ਕੀ ਬੋਲਣਾ। ਤੂੰ ਕਹਿੰਦਾ ਬੋਲ ਹਰ ਨਾਮ, ਬੋਲ ਹਰ ਨਾਮ, ਬੋਲ ਹਰ ਨਾਮ, ਬੋਲ ਹਰ ਨਾਮ। ਤੂੰ ਜੇ ਬੋਲਣਾ ਹੀ ਹੈ ਤਾਂ ਬੋਲ ਸ੍ਰੀ ਵਾਹਿਗੁਰੂ, ਬੋਲੀ ਜਾ ਵਾਹਿਗੁਰੂ। ਕਦੋਂ ਤੱਕ ਬੋਲਾਂ? ਉਹ ਕਹਿੰਦੇ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾ। ਤੂੰ ਬੋਲ, ਜਦੋਂ ਤੱਕ ਤੇਰਾ ਅਖੀਰਲਾ ਸਵਾਸ ਹੈ ਉਦੋਂ ਤੱਕ ਬੋਲ ਵਾਹਿਗੁਰੂ। ਤੇ ਜਦੋਂ ਤੂੰ ਬੋਲੇਗਾ ਨਾ ਵਾਹਿਗੁਰੂ, ਹੁਣ ਚੁੱਪ ਨਹੀਂ ਕਰਾਇਆ ਨਾ, ਦਵਾਈ ਦਿੱਤੀ ਚੁੱਪ ਤਾਂ ਨਹੀਂ ਕਰਾਇਆ, ਆਖਿਆ ਨਾ ਬੋਲ ਰਾਮ ਰਾਮ, ਬੋਲ ਬੋਲ। ਖੋਜਦੇ ਵਡਭਾਗੀ, ਵੱਡੇ ਭਾਗਾਂ ਵਾਲੇ ਬੋਲਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲੱਭਦੇ ਨੇ ਅੰਦਰੋਂ, ਲੱਭਦੇ ਨੇ ਅੰਦਰੋਂ। ਬੋਲੋ ਵਾਹਿਗੁਰੂ 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 ਵਾਹਿਗੁਰੂ। ਚੁੱਪ ਨਹੀਂ ਕਰਾਇਆ ਨਾ, ਹੁਣ ਕੀ ਕਰਾਤਾ? ਮੈਨੂੰ ਕਿਹਾ ਬੋਲੋ 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 ਵਾਹਿਗੁਰੂ 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 ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਬੋਲ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੂੰ ਵਾਹਿਗੁਰੂ ਬੋਲੀ ਜਾ ਰਿਹਾ, ਵਾਹਿਗੁਰੂ ਬੋਲੀ ਜਾ ਰਿਹਾ, ਅਤੇ ਇੱਕ ਦਿਨ ਤੇਰਾ ਸਵਾਸ ਅਖੀਰਲਾ ਵੀ ਆਏਗਾ, ਅੰਤ ਨੂੰ ਆਉਣਾ ਹੀ ਆ ਸਭ ਦਾ ਹੀ। ਚੇਤਾ ਡਰ ਤਾਂ ਨਹੀਂ ਲੱਗਦਾ? ਸ਼ਾਬਾਸ਼, ਕਈ ਭਾਗਾਂ ਵਾਲਾ ਜਿਹਨੂੰ ਨਹੀਂ ਡਰ ਲੱਗਦਾ, ਸਾਰੇ ਡਰਦੇ ਫਿਰਦੇ ਨੇ, ਸਾਰੇ ਡਰਦੇ ਨੇ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹਨੂੰ ਡਰ ਨਹੀਂ ਲੱਗਦਾ ਨਿਰਭਉ ਹੋ ਗਿਆ, ਨਿਰਭਉ ਮੈਨੇ ਪਰਮਾਤਮਾ। ਤੇ ਜਦੋਂ ਆਖਰੀ ਸਵਾਸ ਹੀ ਤੂੰ ਕਹੇਗਾ ਨਾ ਵਾਹਿਗੁਰੂ, ਤੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਲੀਨ ਹੋ ਗਿਆ, ਕਿੱਡਾ ਸੌਖਾ ਤਰੀਕਾ ਦੱਸਿਆ ਵੀ ਤੂੰ ਬੋਲੀ ਜਾ ਵਾਹਿਗੁਰੂ 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 ਵਾਹਿਗੁਰੂ, ਹਰ ਸਵਾਸ ਬੋਲੀ ਜਾ ਵਾਹਿਗੁਰੂ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਜਿਨ, ਸਾਸ 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 ਹੈ ਜੇਤੇ ਮੈਂ ਗੁਰਮਤ ਨਾਮ ਸੁਮਾਰੇ, ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ। ਹਿਸਾਬ ਰੱਖਣ ਦੀ ਲੋੜ ਨਹੀਂ, ਕੋਈ ਮੁਨੀਮ ਰੱਖਣ ਦੀ ਲੋੜ ਨਹੀਂ, ਆਪਣਾ ਹਿਸਾਬ ਆਪੇ ਕਰ ਲਓ। ਜਿੰਨੇ ਸਵਾਸਾਂ 'ਚ ਕਿਹਾ ਵਾਹਿਗੁਰੂ ਉਹ ਸਫਲੇ, ਜਿੰਨਾਂ 'ਚ ਨਹੀਂ ਕਿਹਾ ਉਹ ਵਿਅਰਥ, ਉਹ ਸਾਰੀ ਜ਼ਿੰਦਗੀ ਵਿਅਰਥ। ਨਾਮ ਬਿਨਾਂ ਸਭ ਕੂੜ ਗੱਲ ਨਹੀਂ, ਫਿਰ ਆਪਾਂ ਹੋਛੀਆਂ ਗੱਲਾਂ ਕਿਉਂ ਕਰਦੇ ਹਾਂ? ਆਪਾਂ ਸੱਚੀਆਂ ਗੱਲਾਂ ਕਰੀਏ, ਆਪਾਂ ਸੱਚ ਬੋਲੀਏ। ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਕੀਤਾ ਬੋਲਿਆ ਸੱਚ, ਧਰਮ ਸੱਚ ਬੋਲੋ, ਇਹ ਧਰਮ ਹੈ। ਅਸੀਂ ਨਾ ਰੱਖ ਲਿਆ ਸਿੱਖ, ਉਹਨੇ ਰੱਖ ਲਿਆ ਹਿੰਦੂ, ਉਹਨੇ ਰੱਖ ਲਿਆ ਮੁਸਲਮਾਨ, ਉਹਨੇ ਰੱਖ ਲਿਆ ਈਸਾਈ, ਉਹਨੇ ਰੱਖ ਲਿਆ ਜੈਨ, ਉਹਨੇ ਰੱਖਿਆ ਬੁੱਧ, ਸਾਰੇ ਆਪਣੇ ਆਪਣੇ ਨਾਮ ਰੱਖ ਲਿਆ, ਅਸੀਂ ਵੀ ਰੱਖ ਲਿਆ ਸਿੱਖ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ, ਕੋਈ ਨਾ ਕੋਈ ਹਿੰਦੂ ਮੁਸਲਮਾਨ। ਕਿਉਂ ਕਹਿੰਦੇ ਨੇ ਇੱਦਾਂ? ਬੋਲੋ ਵਾਹਿਗੁਰੂ ਵਾਹਿਗੁਰੂ। ਹਿੰਦੂ ਵੀ ਹੈਗੇ ਨੇ, ਮੁਸਲਮਾਨ ਵੀ ਹੈਗੇ ਨੇ, ਸਾਰੇ ਹੈਗੇ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਨਹੀਂ ਕੋਈ ਵੀ। ਉਹ ਕਹਿੰਦੇ ਨੇ ਕਰਮ ਕਰਕੇ ਕੋਈ ਹਿੰਦੂ ਨਹੀਂ ਰਿਹਾ, ਕਰਮ ਕਰਕੇ ਕੋਈ ਮੁਸਲਮਾਨ ਨਹੀਂ ਰਿਹਾ। ਅਤੇ ਜੇ ਅੱਜ ਕਹਿਣਗੇ ਨਾ, ਤਾਂ ਅੱਜ ਇਹੀ ਕਹਿਣਗੇ, ਨਾ ਕੋਈ ਹਿੰਦੂ ਨਾ ਮੁਸਲਮਾਨ ਨਾ ਕੋਈ ਸਿੱਖ, ਕਿਉਂਕਿ ਕਰਮ ਕਰਕੇ ਅਸੀਂ ਵੀ ਨਹੀਂ ਸਿੱਖ ਰਹੇ, ਸਾਡੀ ਵੀ ਕਰਨੀ ਸਿੱਖਾਂ ਵਾਲੀ ਨਹੀਂ ਰਹੀ। ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ 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 ਵਾਹਿਗੁਰੂ। ਰਾਧ ਸਾਈ ਨਾ ਜੁਲਾਂ, ਅੱਖਾਂ ਅੰਬੜੀ ਆਸ। ਜਿਹੜਾ ਰਾਹ ਗੁਰੂ ਕਹਿੰਦਾ ਉਹਦੇ 'ਤੇ ਤਾਂ ਤੁਰਿਆ ਹੀ ਨਹੀਂ, ਤਾਂ ਕਹਿੰਦਾ ਆਪੇ ਪਹੁੰਚ ਗਿਆ ਵਾ। ਕੀ ਰਾਹ ਗੁਰੂ ਨੇ ਦੱਸਿਆ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ
ਜਪਿਆ ਜੇ ਤਲਕੇ ਉੱਠ ਕੇ ਰਾਹ ਦਸਾਈ ਨਾ ਜੁਲਾਂ ਜਿਹੜਾ ਰਾਹ ਦੱਸਿਆ ਉਹਦੇ 'ਤੇ ਤਾਂ ਤੁਰਦਾ ਨਹੀਂ ਅਤੇ ਅੱਖ ਅੰਬੜੀ ਆਸ ਆ ਨਾ ਪਹੁੰਚ ਗਿਆ ਵਾਂ ਪਹੁੰਚ ਗਿਆ ਵਾਂ ਬੋਲੋ ਵਾਹਿਗੁਰੂ ਅੰਮ੍ਰਿਤ ਵੇਲੇ ਉੱਠੇ ਸੀ ਅਸੀਂ ਜਿਹੜੇ ਉੱਠੇ ਭਾਗਾਂ ਵਾਲੇ ਬੋਲੋ ਵਾਹਿਗੁਰੂ 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 ਜਿਹੜਾ ਗੁਰੂ ਦਾ ਸਿੱਖ ਆ ਨਾ ਸੋ ਭਲ ਕੇ ਉੱਠ ਜਿਹੜਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਆਪਾਂ ਸਾਰੇ ਕਹਿੰਦੇ ਹਾਂ ਸਿੱਖ ਹਾਂ ਕੋਈ ਸਾਨੂੰ ਪੁੱਛੇ ਤਾਂ ਕਿ ਅਸੀਂ ਕੀ ਹੈ ਤੂੰ ਕਿਸੇ ਕਹਿੰਦੇ ਅਸੀਂ ਸਿੱਖ ਹਾਂ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰਾ ਸਿੱਖ ਹੋਏ ਜਿਹੜਾ ਭਲ ਕੇ ਸਵੇਰੇ ਉੱਠ ਕੇ ਅਤੇ ਸਵੇਰੇ ਉੱਠਦੇ ਸਾਰ ਕੀ ਕਹਿੰਦਾ ਉਹਦੀ ਰਸਨਾ ਤੂੰ ਪਹਿਲਾ ਲਫ਼ਜ਼ ਕੀ ਨਿਕਲਦਾ ਸ਼ੁਕਰ ਹੈ ਤੂੰ ਘਰ ਦਿੱਤਾ ਬਿਸਤਰਾ ਦਿੱਤਾ ਜੇ ਨਾ ਦਿੰਦਾ ਪਤਾ ਨਹੀਂ ਕਿਸੇ ਸੜਕ 'ਤੇ ਹੀ ਪਿਆ ਹੁੰਦਾ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ 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 ਤੁਸੀਂ ਕਿੰਨੇ ਭਾਗਾਂ ਵਾਲੇ ਹੋ ਐਡਾ ਵੱਡਾ ਸ਼ਹਿਰ ਅਸੀਂ ਇੱਥੋਂ ਲੰਘਦੇ ਸੀ ਉਹ ਕਿੰਨੇ ਹੀ ਫੁੱਟਬਾਲ ਖੇਡਦੇ ਨੇ ਪਏ ਕਿੰਨੇ ਹੀ ਪੱਬਾਂ ਕਲੱਬਾਂ 'ਚ ਬੈਠੇ ਨੇ ਕਿੰਨੇ ਹੀ ਹਸਪਤਾਲਾਂ 'ਚ ਲੱਤਾਂ ਟੁੱਟੀਆਂ ਨੇ ਬਿਮਾਰ ਨੇ ਕੈਂਸਰ ਨਾਲ ਰੋਗਾਂ ਨਾਲ ਕਰਾਉਂਦੇ ਨੇ ਪਏ ਚੀਕਦੇ ਨੇ ਪਏ ਹੈ ਨਾ ਧਿਆਨ ਲੈ ਜਾਓ ਆਪਣਾ ਬੋਲੋ ਵਾਹਿਗੁਰੂ ਤੁਸੀਂ ਕਿੰਨੇ ਭਾਗਾਂ ਵਾਲੇ ਹੋ ਗੁਰੂ ਨਾਨਕ ਤੁਹਾਨੂੰ ਬਾਂਹ ਫੜ ਕੇ ਆਪਣੀ ਗੋਦ 'ਚ ਲੈ ਆਏ ਨੇ ਤੁਸੀਂ ਇੱਥੇ ਬੈਠ ਕੇ ਕੀਰਤਨ ਸੁਣ ਰਹੇ ਹੋ ਕਿਤੇ ਛੋਟੇ ਭਾਗ ਨੇ ਬੋਲੋ ਵਾਹਿਗੁਰੂ ਅਤੇ ਜੇ ਕਿਤੇ ਪੜ੍ਹਾਈ ਕਰ ਲਓ ਵਾਹਿਗੁਰੂ ਤੁਹਾਡੇ ਬੱਚੇ ਪੜ੍ਹਦੇ ਹੋਣੇ ਨੇ ਹਾਂਜੀ ਥੋੜ੍ਹਾ ਜਿਹਾ ਹੰਗੂਰਾ ਗਾਰਾ ਦਿਓ ਮੈਨੂੰ ਪਤਾ ਲੱਗੇ ਤੁਸੀਂ ਸੁਣਦੇ ਪਏ ਹੈ ਨਾ ਥੋੜ੍ਹਾ ਥੋੜ੍ਹਾ ਜਿਹਾ ਹੰਗੂਰਾ ਜਿਹਾ ਨਾਲ ਦੇਈ ਜੋ ਮਾੜਾ ਜਿਹਾ ਸਿਰ ਲਾਓਗੇ ਨਾ ਮੈਨੂੰ ਪਤਾ ਲੱਗੇ ਕਿ ਤੁਸੀਂ ਸੁਣਦੇ ਪਏ ਬੋਲੋ ਵਾਹਿਗੁਰੂ 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 ਆ ਮੈਨੂੰ ਪੈਸੇ ਪੂਸੇ ਨਾ ਦਿਓ ਕੋਈ ਗੱਲ ਨਹੀਂ ਹੰਗੂਰਾ ਦਿਓ ਵੀ ਤੁਸੀਂ ਸੁਣਦੇ ਪਏ ਹੋ ਠੀਕ ਹੈ ਜੀ ਹਾਂ ਧਿਆਨ ਨਾ ਸੁਣੋ ਕੁਛ 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 ਇੱਕ ਇੱਕ ਰਤਨ ਅੱਜ ਸਾਡੀ ਝੋਲੀ ਪੈ ਜਾਵੇ ਗੁਰਸਾਗਰ ਰਤਨੀ ਭਰਪੂਰ ਇੱਕ ਰਤਨ ਅੱਜ ਸਾਡੀ ਝੋਲੀ ਪੈ ਜਾਵੇ ਅਤੇ ਅਸੀਂ ਮਾਲਾ ਮਾਲ ਹੋ ਕੇ ਘਰ ਜਾਈਏ ਸਿੱਖ ਗੁਰਦੁਆਰੇ ਆਵੇ ਅਤੇ ਭਰ ਕੇ ਜਾਵੇ ਅੰਦਰੋਂ ਨੱਕਾ ਨੱਕ ਭਰ ਕੇ ਘਰ ਜਾਵੇ ਬੋਲੋ ਵਾਹਿਗੁਰੂ ਵਾਹਿਗੁਰੂ ਅਤੇ ਜਿਹੋ ਜਿਹਾ ਆਇਆ ਉਹੋ ਜਿਹਾ ਘਰ ਤੁਰ ਗਿਆ ਅਤੇ ਗੁਰਦੁਆਰੇ ਨਹੀਂ ਆਇਆ ਜੀ ਜਿਹੋ ਜਿਹਾ ਪਿਛਲੇ ਹਫ਼ਤੇ ਆਇਆ ਸੀ ਉਹੋ ਜਿਹਾ ਅਸਫਲੇ ਆ ਗਿਆ ਜਿਹੋ ਜਿਹਾ ਪਿਛਲੇ ਸਾਲ ਆਇਆ ਸੀ ਉਹੋ ਜਿਹਾ ਸਫਲ ਆ ਗਿਆ ਕੁਛ ਤਾਂ ਤਬਦੀਲੀ ਆਉਣੀ ਚਾਹੀਦੀ ਹੈ ਨਾ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਵੀ ਤੁਹਾਡੇ ਬੱਚੇ ਸਕੂਲ ਜਾਂਦੇ ਨੇ ਪੜ੍ਹਦੇ ਨੇ ਹਾਂਜੀ ਹਾਂਜੀ ਪੜ੍ਹਦੇ ਨੇ ਸ਼ਾਬਾਸ਼ ਬੋਲੋ ਵਾਹਿਗੁਰੂ ਅਤੇ ਬੱਚਾ ਸਕੂਲ ਜਾਵੇ ਸਕੂਲ ਦੀ ਫੀਸ ਦੇ ਆਵੇ ਪ੍ਰੋਫੈਸਰ ਨੂੰ ਹੈਲੋ ਵੀ ਕਰੇ ਉਹਨੂੰ ਸਤਿ ਸ਼੍ਰੀ ਅਕਾਲ ਵੀ ਕਰੇ ਮੱਥਾ ਵੀ ਟੇਕੇ ਪ੍ਰੋਫੈਸਰ ਨੂੰ ਯੂਨੀਵਰਸਿਟੀ ਨੂੰ ਵੀ ਮੱਥਾ ਟੇਕ ਕੇ ਘਰ ਆ ਜਾਵੇ ਪਰ ਪੜ੍ਹੇ ਕੁਛ ਨਾ ਉਹਨੂੰ ਡਿਗਰੀ ਮਿਲ ਜਾਏਗੀ ਹਾਂਜੀ ਕਿਉਂ ਨਹੀਂ ਮਿਲੇਗੀ ਉਹ ਪੈਸੇ ਦੇ ਕੇ ਆਇਆ ਫੀਸ ਦਿੱਤੀ ਉਹਨੇ ਟੀਚਰ ਨੂੰ ਵੀ ਉਹਨੇ ਹੈਲੋ ਹੈਲੋ ਕੀਤਾ ਹੈ ਅਤੇ ਡਿਗਰੀ ਨਹੀਂ ਮਿਲਣੀ ਤੁਸੀਂ ਕਹਿੰਦੇ ਹੋ ਵੀ ਇਸ ਕਰਕੇ ਨਹੀਂ ਮਿਲਣੀ ਉਹਨੇ ਪੜ੍ਹਾਈ ਨਹੀਂ ਅਤੇ ਤੁਸੀਂ ਅਤੇ ਮੈਂ ਗੁਰਦੁਆਰੇ ਆ ਕੇ ਕੀ ਕੀਤਾ ਧਿਆਨ ਮਾਰ ਲਓ ਵੈਸੇ ਹੀ ਭਾਈ ਬੋਲ ਕੇ ਪਰਿਕਰਮਾ ਹੀ ਕੀਤੀ ਹੈ ਹੈਲੋ ਹੈਲੋ ਹੀ ਕੀਤਾ ਕੋਈ ਪੜ੍ਹਾਈ ਕੀਤੀ ਜੇ ਸੱਚੋ ਸੱਚ ਨਿਬੜਨਾ ਹੈ ਨਾ ਮੈਂ ਤਾਂ ਚਲੇ ਜਾਣਾ ਅੱਜ ਕਹਿ ਕੇ ਭਾਵੇਂ ਮੈਨੂੰ ਮੰਦਾ ਕਿਹੋ ਭਾਵੇਂ ਚੰਗਾ ਕਿਹੋ ਭਾਵੇਂ ਗਾਣਾ ਕੱਢਿਓ ਭਾਵੇਂ ਚਾਹ ਬੱਚ ਕਿਹੋ ਕੋਈ ਫਰਕ ਨਹੀਂ ਪੈਂਦਾ ਬੋਲੋ ਵਾਹਿਗੁਰੂ ਵਾਹਿਗੁਰੂ ਗਾ ਚ ਕੇ ਬੋਲੋ ਵਾਹਿਗੁਰੂ 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 ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਲੋਗਨ ਕੀ ਚਤੁਰਾਈ ਮੈਂ ਤਾਂ ਚੰਗਾ ਹੈ ਹੀ ਨਹੀਂ ਜੇ ਮੈਂ ਚੰਗਾ ਵਾਂ ਤੇ ਉਹਦੇ ਕਰਕੇ ਚੰਗਾ ਵਾਂ ਤੇ ਫਿਰ ਉਹੀ ਚੰਗਾ ਹੋਇਆ ਮੈਂ ਥੋੜੀ ਚੰਗਾ ਹੋਇਆ ਵਾਹਿਗੁਰੂ ਪੜ੍ਹਾਈ ਤਾਂ ਕੀਤੀ ਨਹੀਂ ਪੈਸੇ ਪਾ ਕੇ ਗੋਲ ਕੇ ਚਲੇ ਗਏ ਸਤਿ ਸ਼੍ਰੀ ਅਕਾਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਘਰ ਨੂੰ ਚਲੇ ਗਏ ਪੜ੍ਹਾਈ ਕੀਤੀ ਕੋਈ ਪੰਨਾ ਖੋਲ੍ਹ ਕੇ ਵੇਖਿਆ ਇਹ ਸਾਡਾ ਸਿਲੇਬਸ ਹੈ ਗੁਰੂ ਗ੍ਰੰਥ ਸਾਹਿਬ ਬੋਲੋ ਵਾਹਿਗੁਰੂ 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 ਪੜ੍ਹਾਈ ਕਰੋ ਵਾਹਿਗੁਰੂ ਵਾਹਿਗੁਰੂ ਪੜ੍ਹਾਈ ਕਰੋ ਕਮਾਈ ਕਰੋ ਇੱਕ ਅੱਖਰ ਦੀ ਕਮਾਈ ਕਰ ਲਓ ਬੋਲੋ ਮੇਰੇ ਨਾਲ ਇੱਕ ਓਂਕਾਰ ਇੱਕ ਓਂਕਾਰ ਇੱਕ ਅੱਖਰ ਬੋਲਣ ਲੱਗਾ ਮੈਂ ਇੱਕ ਓਂਕਾਰ ਇੱਕ ਓਂਕਾਰ ਇੱਕ ਓਂਕਾਰ ਇੱਕ ਓਂਕਾਰ ਥੋੜੀ ਪਿੱਠ ਸਿੱਧੀ ਕਰਕੇ ਬੈਠੋ ਸਾਵਧਾਨੀ ਨਾਲ ਹਾਂ ਫਿਰ ਜਦੋਂ ਭਗਤੀ ਕਰਨ ਆਏ ਹੋ ਨਾ ਹੰਸ ਵਾਂਗ ਬੈਠੋ ਹੰਸ ਵਾਂਗ ਬੈਠੋ ਜਰਾ ਭਗਤੀ ਕਰਨ ਆਏ ਹੋ
ਸਿੱਖ ਹੰਸਿਆ, ਮਾੜੀ ਚ ਲਿਖਿਆ ਸਿੱਖ ਹੰਸਾ, ਮੋਤੀ ਚੁੱਕਦਾ, ਬਗਲੇ ਖਾਂਦੇ ਨੇ ਡੱਡੂ ਮੱਛੀਆਂ, ਬਾਣੀ ਚ ਲਿਖਿਆ। ਬੋਲੋ ਵਾਹਿਗੁਰੂ, ਦਾਦਾ ਬੋਲੋ ਵਾਹਿਗੁਰੂ, 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 ਵਾਹਿਗੁਰੂ। ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ, ਨਾਮ ਦੀ ਇੱਕ ਕੜੀ ਕੀਤੇ ਹੋਏ ਜਨਮਾਂ ਜਨਮਾਂ ਦੇ ਪਾਪ ਖਤਮ ਕਰ ਦੇਵੇਗੀ। ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਬੱਚੇ ਪੜ੍ਹਾਈ ਕਰਦੇ ਨੇ ਅਤੇ ਯੂਨੀਵਰਸਿਟੀ ਜਾਂਦੇ ਨੇ ਅਤੇ ਪਰ ਪੜ੍ਹਾਈ ਨਹੀਂ ਕਰਦੇ ਅਤੇ ਉਹਨਾਂ ਨੂੰ ਡਿਗਰੀ ਨਹੀਂ ਮਿਲਣੀ, ਅਤੇ ਆਪਾਂ ਨੂੰ ਕਿਵੇਂ ਡਿਗਰੀ ਮਿਲ ਗਈ ਗੁਰਸਿੱਖ ਦੀ? ਆਪਾਂ ਪੜ੍ਹਾਈ ਤਾਂ ਕੀਤੀ ਨਹੀਂ, ਆਪੇ ਹੀ ਲੈ ਲਈ। ਉਹ ਤਾਂ ਕਹਿੰਦਾ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ। ਪੜ੍ਹਾਈ ਕੀਤੀ, ਭਲ ਕੇ ਉੱਠ ਕੇ ਪੜ੍ਹਾਈ ਕੀਤੀ, ਜਿਹਨਾਂ ਕੀਤੀ ਕਰਮਾਂ ਵਾਲੇ ਪੱਗਾਂ ਵਾਲੇ, ਪਰ ਸਾਰਿਆਂ ਨੇ ਕਿੱਥੇ ਕੀਤੀ? ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰਾ ਮੰਗੇਸੀਆ, ਕਿਹੜੇ ਕੰਮ, ਕਿਹੜੇ ਕੰਮ ਤੁਸੀਂ ਆਇਆ ਸੀ? ਬੋਲੋ ਵਾਹਿਗੁਰੂ, 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 ਵਾਹਿਗੁਰੂ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਗਏ, ਕਰਤਾਰਪੁਰ ਕੋਲ ਲੰਘਣ ਲੱਗੇ ਨੇ। ਦੇਵੀ ਦੇ ਜਾਂਦੇ ਹੁੰਦੇ ਸੀ ਹਰ ਸਾਲ, ਅਤੇ ਪਤਾ ਲੱਗਿਆ ਇੱਥੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਰਹਿੰਦੇ ਨੇ। ਕਹਿੰਦੇ ਦੂਸਰਿਆਂ ਨੂੰ, ਕਹਿੰਦੇ ਤੁਸੀਂ ਜਾਓ ਦੇਵੀ ਅਤੇ ਮੈਂ ਦਰਸ਼ਨ ਕਰਕੇ ਆਉਣਾ ਗੁਰੂ ਸਾਹਿਬ ਦੇ। ਅਤੇ ਪਿੰਡ ਦੇ ਲਾਗੇ ਗਏ ਅਤੇ ਇੱਕ ਬਜ਼ੁਰਗ ਤੁਰਿਆ ਜਾਂਦਾ, ਚਿੱਟੇ ਕੱਪੜੇ ਪਾਏ ਬਜ਼ੁਰਗ ਜਾਂਦਾ, ਖੇਤਾਂ ਵਿੱਚੋਂ ਕੰਮ ਕਰਕੇ ਆਇਆ, ਅਤੇ ਕਹਿੰਦੇ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਘਰ ਕਿੱਥੇ ਹੈ, ਉਹਨੂੰ ਰਾਹ ਕਿਹੜਾ ਜਾਂਦਾ? ਗੁਰੂ ਅੰਗਦ ਦੇਵ ਜੀ ਪੁੱਛਦੇ ਨੇ, ਭਾਈ ਲੈਣਾ ਜੀ ਸੀ ਉਹ, ਬੋਲੋ ਵਾਹਿਗੁਰੂ, ਵਾਹਿਗੁਰੂ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਰਾਹ ਕਿਹੜਾ ਜਾਂਦਾ ਜੀ? ਅਤੇ ਉਹ ਕਹਿੰਦੇ ਅੱਗੋਂ, ਪੁਰਖਾ ਜਾਣਾ ਹੀ ਕਿ ਪੁੱਛਣਾ ਹੀ ਹੈ? ਬੋਲੋ ਵਾਹਿਗੁਰੂ, ਵਾਹਿਗੁਰੂ। ਉਹ ਤੁਸੀਂ ਵੀ ਜਾਣਾ ਹੀ ਹੈ ਕਿ ਪੁੱਛਣ ਹੀ ਆਏ ਹੋ? ਪੁੱਛਣ ਹੀ ਆਏ ਹਾਂ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਅਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਫਿਰ ਜੇ ਉਹ ਕਹਿੰਦਾ ਨਹੀਂ ਮੈਂ ਮਹਾਰਾਜ ਜਾਣਾ, ਭਾਈ ਲੈਣਾ ਜੀ ਕਹਿੰਦੇ ਮੈਂ ਜਾਣਾ ਹੈ ਜੀ। ਕਹਿੰਦੇ ਜੇ ਤੂੰ ਜਾਣਾ ਹੈ ਨਾ ਤੇ ਫਿਰ ਮੈਂ ਤੈਨੂੰ ਫੜ ਕੇ ਲੈ ਜਾਂਦਾ, ਜੇ ਤੁਸੀਂ ਵੀ ਜਾਣਾ ਹੈ ਨਾ ਤੇ ਇਹਨੂੰ ਬਾਂਹ ਫੜਾ ਦਿਓ, ਉੱਦਾਂ ਨਹੀਂ ਜਾ ਸਕੋਗੇ। ਬੋਲੋ ਵਾਹਿਗੁਰੂ, ਵਾਹਿਗੁਰੂ। ਬਿਨ ਛਕਦੇ ਅੰਤਰ ਹਨੇਰਾ, ਬੋਲੋ ਵਾਹਿਗੁਰੂ, ਵਾਹਿਗੁਰੂ। ਨਾ ਵਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਾਰ ਖੁੱਲ੍ਹੇ ਨਾਹੀਂ, ਗੁਰਪੂਰੇ ਭਾਗ ਮਿਲਾਵਣੇ। ਬੋਲੋ ਵਾਹਿਗੁਰੂ। ਜੇ ਜਾਣਾ ਹੈ ਤੇ ਫਿਰ ਤਨ ਮਨ ਧਨ ਸਭ ਸੌਂਪ, ਹੁਕਮ ਮੰਨੇ ਪਹੁੰਚੇਗਾ ਤਾਂ ਜੇ ਹੁਕਮ ਮੰਨੇਗਾ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮੈਲ ਪਾਏ ਸੀ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਤੇ ਜਾਣ ਦਾ ਇੱਕੋ ਹੀ ਰਸਤਾ ਏ, ਇੱਕੋ ਹੀ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਜਿਹੜੇ ਰੱਬ ਦੇ ਰਾਹ 'ਤੇ ਤੁਰ ਪਏ ਉਹਨਾਂ ਨੂੰ ਪ੍ਰਾਪਤੀ ਹੋ ਗਈ। ਸੁੱਖ ਦਾ ਮਤਲਬ ਦੁਨੀਆਂ ਦਾ ਸੁੱਖ ਨਾ ਲਿਓ ਕਦੇ ਵੀ, ਸੁੱਖ ਦਾ ਮਤਲਬ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ ਹੋ ਗਈ। ਪਰ ਕਿਹਨਾਂ ਨੂੰ ਹੋਈ? ਜਿਹੜੇ ਤੁਰ ਪਏ ਮਾਰਗ ਚੱਲੇ। ਜੇ ਤੁਰੀਏ ਨਾ ਪਹੁੰਚ ਜਾਵਾਂਗੇ ਕਿਤੇ? ਵਾਹਿਗੁਰੂ, 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 ਵਾਹਿਗੁਰੂ। ਭਾਈ ਲੈਣਾ ਜੀ ਤੁਰ ਪਏ, ਕਿਹਾ ਪੁਰਖਾ ਜਾਣਾ ਹੀ ਕਿ ਰਾਹ ਪੁੱਛਣਾ, ਵਾਸਿਆ ਨਹੀਂ ਮੰਗਿਆ। ਬੋਲੋ ਵਾਹਿਗੁਰੂ, ਵਾਹਿਗੁਰੂ। ਬਸ ਦਾ ਮਤਲਬ ਭਾਈ ਸਾਹਿਬ ਬਹੁਤ ਬੋਰ ਕਰਦੇ ਪਏ, ਬੁੱਢਾ ਜਿਹਾ ਕਿੱਥੇ ਲਾਤ ਹੈ ਬੋਰ ਕਰੀ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਅੰਦਰੋਂ ਬੋਲ, ਦੇਖ ਤੇਰੀਆਂ ਵਾਚਾਂ, ਤੇਰੀ ਉਦਾਸੀ ਕਿੱਥੇ ਜਾਂਦੀ ਹੈ, ਕਦੇ ਬੋਲ ਕਿਤੇ ਦੇਖ। ਹਰਿਆ ਹੋ ਜਾਏਗਾ ਸਭ ਤਨ ਮਨ, ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਤੇ ਆਏ ਰਾਮ।
ਮਨ ਸੁੱਕਾ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਸੁੱਕਾ ਪਿਆ ਖੇਤ ਹਰਿਆ ਭਰਿਆ ਹੋ ਜਾਏਗਾ ਜੇ ਤੂੰ ਬੋਲੇਗਾ ਵਾਹਿਗੁਰੂ ਅੰਦਰ ਬੋਲ ਵਾਹਿਗੁਰੂ ਵਾਹਿਗੁਰੂ ਕਿਸੇ ਤੇ ਆਖੇ ਨਾ ਲੱਗੇ ਅੱਜ ਕੱਲ੍ਹ ਬੜੇ ਆ ਗਏ ਨੇ ਕਹਿੰਦੇ ਵਾਹਿਗੁਰੂ ਨਹੀਂ ਕਹਿਣਾ ਬੜੇ ਆਏ ਜੇ ਬੜੇ ਲੇਖ ਲਿਖਦੇ ਨੇ ਪੈ ਕਾਲੇ ਮਾਰਨਾ ਹੈ ਨਾ ਸਾਨੂੰ ਤੇ ਮਾਰਨਗੇ ਤਾਂ ਹੀ ਨਾ ਜੇ ਤੋੜਨਗੇ ਤੇ ਓਦਾਂ ਤੇ ਮਰਨਾ ਨੀ ਇੱਕੋ ਹੀ ਤਰੀਕਾ ਬਾਣੀ ਦੇ ਨਾਮ ਨਾਲ ਤੋੜ ਦਿਓ ਆਪੇ ਮਰ ਜਾਣਗੇ ਵਾਹਿਗੁਰੂ ਕਹਿਣਾ ਛੱਡ ਦੇਣਗੇ ਆਪੇ ਮਰ ਜਾਣਗੇ ਕਹਿ ਦਿਓ ਇਹਨਾਂ ਨੂੰ ਇੱਥੇ ਤੋਤਾ ਰੱਟੇ ਨੇ ਬੋਲੋ ਵਾਹਿਗੁਰੂ 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 ਤੇ ਮੋਨੇ ਕਿਹਾ ਮੈਂ ਜਾਣਾ ਏ ਮਹਾਰਾਜ ਮੈਂ ਰਾਹ ਨਹੀਂ ਪੁੱਛਣਾ ਮੈਂ ਜਾਣਾ ਏ ਤੇ ਕਹਿੰਦੇ ਆ ਤੈਨੂੰ ਬਾਹ ਫੜ ਕੇ ਘੋੜੇ ਦੀ ਵਾਗ ਫੜ ਲਈ ਘੋੜੇ ਤੇ ਚੜ੍ਹੇ ਸੀ ਪਾਈ ਲੈਣਾ ਜੀ ਤੇ ਘੋੜੇ ਦੀ ਵਾਗ ਫੜ ਕੇ ਤੇ ਅੱਗੇ ਅੱਗੇ ਤੁਰ ਪਏ ਗੁਰੂ ਨਾਨਕ ਸਾਹਿਬ ਤੁਸੀਂ ਵੀ ਆਪਣੇ ਘੋੜੇ ਦੀ ਵਾਗ ਫੜਾ ਦਿਓ ਸਾਨੂੰ ਤੁਹਾਡੇ ਕੋਲ ਕਿਹੜਾ ਘੋੜਾ ਹੁਣ ਦੱਸੋ ਆਪਾਂ ਰਲ ਕੇ ਕਰਨਾ ਨਾ ਕੀਰਤਨ ਬੋਲੋ ਵਾਹਿਗੁਰੂ ਮਨ ਦੇ ਘੋੜੇ ਦੀ ਵਾਗ ਫੜਾ ਦਿਓ ਉਹਨੂੰ ਤੇ ਅੱਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਓ ਇਉਂ ਪਾਵੇਂ ਹਰ ਦਰ ਸਾਵੜਾ ਨਾ ਲੱਗੇ ਤੂੰ ਮਨ ਦੇ ਗੁਰੂ ਨੂੰ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸਿਵਕੇ ਇੱਕ ਸੌਖਾ ਜਿਹਾ ਤਰੀਕਾ ਦੱਸ ਹੈ ਥੋੜੀ ਕਰੜੀ ਗੱਲ ਅੱਛਾ ਬੜਾ ਸੌਖਾ ਦੱਸਣ ਲੱਗੇ ਬੋਲੋ ਵਾਹਿਗੁਰੂ ਸਾਰੇ ਜਗਤ ਦੀ ਇਹ ਪ੍ਰੋਬਲਮ ਹੈ ਮਨ ਆਖੇ ਨਹੀਂ ਲੱਗਦਾ ਮਨ 'ਚ ਮੰਦੇ ਚੰਗੇ ਫੁਰਨੇ ਉੱਠਦੇ ਰਹਿੰਦੇ ਉੱਠਦੇ ਨਾ ਤਾਂ ਹੀ ਅਸੀਂ ਕੰਮ ਕਰਦੇ ਹਾਂ ਪਹਿਲਾਂ ਮਨ 'ਚ ਫੁਰਨਾ ਆਉਂਦਾ ਫਿਰ ਅਸੀਂ ਕਰਦੇ ਹਾਂ ਬੋਲੋ ਵਾਹਿਗੁਰੂ 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 ਸੌਖਾ ਜਿਹਾ ਹੈ ਪਰ ਥੋੜ੍ਹਾ ਜਿਹਾ ਕੌੜਾ ਹੈ ਦਵਾਈ ਕਨੈਨ ਕੌੜੀ ਹੁੰਦੀ ਬੁਖਾਰ ਚੜ੍ਹਦੇ ਤੇ ਖਾਣੀ ਪੈਂਦੀ ਹੈ ਤੇ ਬੁਖਾਰ ਤਾਂ ਸਾਨੂੰ ਵੀ ਚੜਿਆ ਪਤਾ ਕਿਹੜਾ ਹਾਏ ਪਤਾ ਨਹੀਂ ਕਿੰਨੇ ਜਨਮ ਹੋ ਗਏ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਕਿੰਨੀਆਂ ਬਿਮਾਰੀਆਂ ਲਿਖੀਆਂ ਨੇ ਕਦੋਂ ਦੇ ਤੁਰੇ ਹਾਂ ਕਿੰਨੀ ਲੰਬੀ ਯਾਤਰਾ ਏ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਇੱਕ ਜਨਮ ਹੋ ਗਏ ਬੋਲੋ ਵਾਹਿਗੁਰੂ ਪਰ ਕਿੰਨੇ ਇੰਨੇ ਮਨ ਨੇ ਗਵਾਏ ਨੇ ਇਹਦੇ ਆਖੇ ਲੱਗ ਕੇ ਗਵਾਏ ਨੇ ਬੋਲੋ ਵਾਹਿਗੁਰੂ 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 ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੇ ਨਾ ਮੈਨੂੰ 15-16 ਸਾਲ ਦੇ ਬੱਚੇ ਨੇ ਦੱਸੀ ਸੀ ਕੈਂਪ ਲਾਇਆ ਸੀ ਬੱਚਿਆਂ ਦਾ ਤੇ ਉਹ ਬੱਚੇ ਨੇ ਮੈਨੂੰ ਦੱਸੀ ਕਹਿੰਦਾ ਭਾਈ ਸਾਹਿਬ ਇਹ ਸਾਰੇ ਹੀ ਕਹਿੰਦੇ ਨੇ ਵੀ ਮੇਰਾ ਮਨ ਨਹੀਂ ਵਸ ਆਉਂਦਾ ਮੇਰਾ ਮਨ ਨਹੀਂ ਵਸ ਆਉਂਦਾ ਕਹਿੰਦੇ ਲੋ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦਿੰਦਾ ਤੁਸੀਂ ਗਾਂਹ ਦੱਸ ਦਿਓ ਮੈਂ ਕਿਹਾ ਤੂੰ ਹੀ ਦੱਸ ਦੇ ਪਰ ਉਹ ਗੁਰੂ ਸਾਹਿਬ ਮੈਨੂੰ ਦੱਸਣਾ ਚਾਹੁੰਦੇ ਸੀ ਉਹਦੇ ਥਰੂ ਬੋਲੋ ਵਾਹਿਗੁਰੂ ਤੁਹਾਨੂੰ ਤਾਂ ਸ਼ਾਇਦ ਗੁੱਸਾ ਲੱਗੇ ਮੈਨੂੰ ਬੜਾ ਉਹਦੇ ਚਾਅ ਆਇਆ ਮੈਨੂੰ ਜੱਪੀ 'ਚ ਲਿਆ ਪਿਆਰ ਕੀਤਾ ਉਹਨੂੰ ਮੈਂ ਸ਼ਾਬਾਸ਼ ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਇਹਦੇ ਵਿੱਚ ਗੁਰੂ ਬੋਲ ਕੇ ਮੈਨੂੰ ਸਮਝਾ ਰਿਹਾ ਪਤਾ ਨਹੀਂ ਗੁਰੂ ਨੇ ਕਿਹਦੇ ਵਿੱਚ ਬੋਲ ਕੇ ਤੁਹਾਨੂੰ ਸਮਝਾ ਜਾਣਾ ਬੋਲੋ ਵਾਹਿਗੁਰੂ ਕਹਿੰਦਾ ਭਾਈ ਸਾਹਿਬ ਜੀ ਜੇ ਫੁਰਨਾ ਮਾੜਾ ਉੱਠੇ ਨਾ ਤੇ ਫਿਰ ਮਨ ਨੂੰ ਪੁੱਛੋ ਵੀ ਕਰਨਾ ਚਾਹੁੰਦਾ ਵੀ ਤੂੰ ਇਹ ਕਰਨਾ ਚਾਹੁੰਦਾ ਕੰਮ ਤੇ ਦੋ ਸਵਾਲ ਆਉਣਗੇ ਇੱਕ ਤਾਂ ਹੈਗਾ ਕਰਨਾ ਚਾਹੁੰਦਾ ਤੇ ਇੱਕ ਆਏਗਾ ਜੇ ਕਹਿੰਦਾ ਨਹੀਂ ਕਰਨਾ ਤੇ ਗੱਲ ਉੱਥੇ ਖਤਮ ਹੋ ਗਈ ਨਾ ਵੀ ਮਨ ਨੂੰ ਪੁੱਛਿਆ ਵੀ ਤੂੰ ਇਹ ਕਰਨਾ ਚਾਹੁੰਦਾ ਹੁਣ ਆ ਫੋਨ ਆ ਇੱਥੇ ਪਿਆ ਮੈਂ ਕਹਿੰਦਾ ਮੈਂ ਚੁੱਕ ਕੇ ਜੇਬੀ ਪਾ ਲਾ ਮਨ ਕਹੇਗਾ ਪਾ ਲੈ ਹਨਾ ਇੱਕ ਕਹੇਗਾ ਨਾ ਪਾ ਤੇਰਾ ਨਹੀਂ ਹੈਗਾ ਚੋਰੀ ਏ ਹਨਾ ਜੇ ਤੇ ਇਹਨੇ ਕਿਹਾ ਨਹੀਂ ਨਹੀਂ ਤੇਰਾ ਨਹੀਂ ਹੈਗਾ ਨਹੀਂ ਪਾ ਸਕਦਾ ਗੱਲ ਖਤਮ ਹੋ ਗਈ ਤੇ ਜੇ ਉਹਨੇ ਕਿਹਾ ਕਰ ਲੈ ਕੋਈ ਨਹੀਂ ਕਰ ਲੈ ਕੌਣ ਵੇਖਦਾ ਤੇ ਕਹਿੰਦਾ ਫਿਰ ਪਤਾ ਇਹਨੂੰ ਕੀ ਕਹਿ ਡੁੱਬ ਮਰ ਤੂੰ ਗੁਰੂ ਦਾ ਸਿੱਖ ਹੋ ਕੇ ਇਹ ਕਰਨ ਲੱਗਾ ਤੂੰ ਤੇ ਗੁਰੂ ਦਾ ਸਿੱਖ ਏ ਇਹ ਤੈਨੂੰ ਸ਼ੋਭਾ ਦਿੰਦਾ ਇਹਦੇ ਨਾਲ ਚੰਗਾ ਸਿੱਖੀ ਛੱਡਣ ਤੋਂ ਪਹਿਲਾਂ ਤੂੰ ਡੁੱਬ ਮਾਰ
ਮੈਨੂੰ ਬੜਾ ਚੰਗਾ ਲੱਗਿਆ। ਮੈਨੂੰ ਤੁਹਾਡਾ ਨਹੀਂ ਪਤਾ ਤੁਹਾਨੂੰ ਕਿਵੇਂ ਲੱਗਿਆ, ਪਰ ਮੈਂ ਅੱਜ ਵੀ ਇਹ ਗੱਲ ਯਾਦ ਰੱਖਦਾ ਹਾਂ, ਹਰ ਵੇਲੇ ਯਾਦ ਰੱਖਦਾ। ਜੇ ਕੋਈ ਮਾੜਾ ਫੁਰਨਾ ਇਹਨੂੰ ਮੈਂ ਕਹਿੰਦਾ ਡੁੱਬ ਮਾਰ, ਤੂੰ ਗੁਰੂ ਦਾ ਸਿੱਖ ਹੈ, ਤੇਰੀ ਚਿੱਟੀ ਦਾੜੀ ਹੈ, ਤੂੰ ਦੁਮਾਲਾ ਬਣਿਆ, ਤੂੰ ਖੰਡਾ ਪਾਇਆ, ਤੂੰ ਕਿਰਪਾਨ ਪਾਈ ਹੈ, ਇਹ ਤੂੰ ਕੀ ਕਰਨ ਲੱਗਿਆ? ਬੋਲੋ ਵਾਹਿਗੁਰੂ, 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 ਵਾਹਿਗੁਰੂ। ਮੈਂ ਬੇਨਤੀ ਕਰਨੀ ਹੈ, ਅਸੀਂ ਬਹੁਤ ਨੁਕਸਾਨ ਕਰ ਲਿਆ ਆਪਣਾ, ਵਾਪਸ ਆ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਣੀ ਵਿੱਚ, ਅਨਕਾ ਇਰਾਤੜਿਆ ਵਾਟ ਦੁਹੇਲੀ। ਸਿੱਖਾ ਜਿਹੜੇ ਰਸਤੇ ਤੇ ਤੂੰ ਤੁਰ ਪਿਆ ਨਾ, ਇਹ ਸ਼ਰਾਬਾਂ ਕਬਾਬਾਂ ਵਾਲੇ ਰਸਤੇ ਤੇ, ਇਹ ਬੜਾ ਦੁਖੀ ਕਰਨ ਵਾਲਾ ਰਸਤਾ ਏ। ਪਾਪ ਕਮਾਉਂਦੇ ਆ ਤੇਰਾ ਕੋਈ ਕੋਈ ਨਾ ਬਿੱਲੀ, ਕਿਸੇ ਨੇ ਤੇਰਾ ਦੋਸਤ ਨਹੀਂ ਬਣਨਾ, ਤੈਨੂੰ ਲੇਖਾ ਦੇਣਾ ਪੈਣਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਕਿਹਾ, ਚੀਤ ਆਵੇ ਤਾਂ ਮਹਾਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸ਼ਰਧਾ ਪੂਰੀ, ਚੀਤ ਆਵੇ ਤਾਂ ਕਬੂ ਨਾ ਝੂਰੀ। ਤੇ ਚੇਤਾ ਕਰਦਿਆਂ ਕਰਦਿਆਂ ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰੂ ਗੁਰੂ ਕਰਦਾ ਸੀ ਤੇ ਗੁਰੂ ਅੰਦਰ ਹੀ ਪ੍ਰਗਟ ਹੋ ਗਿਆ। ਮੇਰਾ ਖਿਆਲ ਹੈ ਧਿਆਨ ਹੈ ਤੇਰੇ ਚ, ਵਾਹਿਗੁਰੂ, ਵਾਹਿਗੁਰੂ। ਸਾਵਧਾਨ ਇਕਾਗਰ ਚੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ, ਓਦਾਂ ਹਜ਼ਾਰਾਂ ਸਾਲ ਗੁਰਦੁਆਰੇ ਆਉਂਦੇ ਰਹੋ। ਬਾਣੀ ਚ ਪੜ੍ਹ ਕੇ ਸੁਣਾ ਦਿੰਦਾ, ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ, ਉਸਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ। ਇੱਕ ਦਿਨ ਵਿੱਚ 100 ਗੇੜੇ ਗੁਰਦੁਆਰੇ ਮਾਰ ਲੈ, ਜੇ ਗੁਰੂ ਤੇ ਪ੍ਰਤੀਤ ਹੀ ਨਹੀਂ ਆਈ, ਗੁਰੂ ਦੇ ਬਚਨ ਹੀ ਨਹੀਂ ਸੁਣੇ, ਗੁਰੂ ਦੇ ਬਚਨ ਤੇ ਚੱਲਿਆ ਹੀ ਨਹੀਂ, ਪਹੁੰਚੇਗਾ ਕਿਵੇਂ? ਬੋਲੋ ਵਾਹਿਗੁਰੂ, ਅੱਜ ਕੇ ਬੋਲੋ ਵਾਹਿਗੁਰੂ, 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 ਰਾਤ ਸਾਈ ਨਾ ਜੁਲਾ, ਅੱਖਾਂ ਅੰਮੜੀ ਆਸ। ਜਿਹੜਾ ਗੁਰੂ ਨੇ ਰਾਹ ਦੱਸਿਆ ਉੱਥੇ ਤੇ ਤੁਰਿਆ ਹੀ ਨਹੀਂ, ਤੇ ਕਹਿੰਦਾ ਪਹੁੰਚ ਗਿਆ ਵਾ, ਕਿੱਥੇ ਪਹੁੰਚ ਗਿਆ? ਤਹੀ ਪ੍ਰਾਪਤ ਮਾਨਕ ਦੇਰੀ ਆ ਗੋਬਿੰਦ ਮਿਲਣ ਕੀ, ਕਿਹਦੀ? ਤੇਰੀ ਮੇਰੀ ਥੋੜ੍ਹੀ, ਰੋਜ਼ ਹੀ ਪੜ੍ਹ ਲਿਆ ਇਹ ਤੇਰੀ ਵਰੀਆ। ਮੇਰੇ ਨਾਲ ਤਪਲਾ ਕਰਦਾ ਸੀ ਸਿੰਘ ਵਾਜੇ ਤੇ, ਅਤੇ ਮੈਂ ਇੱਦਾਂ ਸੰਤ ਨੂੰ ਪੁੱਛਿਆ, ਮੈਂ ਕਿਹਾ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਦਾ ਕੀ ਅਰਥ ਹੈ? ਮੈਂ ਮੂਰਖਾਂ ਮੈਨੂੰ ਸਮਝਾਓ, ਹੈ ਨਾ, ਆਪਾਂ ਰਲ ਕੇ ਕੀਰਤਨ ਕਰਨਾ ਨਾ, ਤੁਸੀਂ ਮੇਰੇ ਨਾਲ ਸਿਆਣੇ ਹੋ। ਬੋਲੋ ਵਾਹਿਗੁਰੂ, ਵਾਹਿਗੁਰੂ, ਵਿੱਚ ਸੰਗਤ ਹਰ ਭਰਾ ਵਸਿਆ ਜੀਓ, ਅਤੇ ਪ੍ਰਭੂ ਤਾਂ ਤੁਹਾਡੇ 'ਚ ਵੱਸਦਾ ਪਿਆ, ਅਤੇ ਤੁਹਾਡੇ ਕੋਲ ਹੀ ਪੁੱਛਾਂਗਾ ਨਾ ਮੈਂ। ਕਿਸੇ ਨੇ ਜਵਾਬ ਨਾ ਦਿੱਤਾ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤਫਲਾ ਕਰਦਾ, ਤੂੰ ਦੱਸ ਦੇ ਕੀ ਅਰਥ ਗੋਬਿੰਦ ਮਿਲ ਕੀ ਇਹ ਤੇਰੀ ਵਰੀਆ? ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਭਾਈ ਸੁਜੀਤ ਸਿਆਂ, ਇਹ ਵਾਰੀ ਤੇਰੀ ਗੋਬਿੰਦ ਨੂੰ ਮਿਲਣ ਦੀ ਏ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਦੌੜੋ ਨਾ, ਦੌੜਨ ਦੀ ਆਦਤ ਹੈ ਨਾ, ਪਹਿਲਾਂ ਕੰਮ ਦੇਖ ਕਿਹੜੇ ਕਿਹੜੇ ਕਰਦਾ। ਵਾਹਿਗੁਰੂ, ਲੱਖ ਰੁਪਏ ਦਾ ਚਦੋਵਾ ਚੜਾਉਣਾ ਨਾ ਗੁਰੂ ਰਾਮਦਾਸ ਦੇ ਜਾ ਕੇ, ਲੱਖ ਦੋ ਲੱਖ ਦਾ ਚੜਾਉਣਾ ਰੋਜ਼ ਚੜ੍ਹਦਾ ਨਾ। ਉਹ ਜੱਟ ਭੁੱਖਾ ਮਰ ਗਿਆ, ਉਹਦੇ ਕੋਲ ਲੱਖ ਰੁਪਇਆ ਕਰਜ਼ਾ ਸਿਰ ਤੇ ਚੜ ਗਿਆ, ਉਹ ਕੁਛ ਖਾ ਕੇ ਜ਼ਹਿਰ ਖਾ ਕੇ ਮਰ ਗਿਆ, ਤੂੰ ਕਿਹਾ ਮੈਂ ਚੰਦੋਵਾ ਹੀ ਚੜਾਉਣਾ, ਮੈਂ ਇਹਨੂੰ ਨਹੀਂ ਦੇਣਾ। ਕਦੀ ਸੋਚਿਆ ਜੇ ਉਹ ਲੱਖ ਰੁਪਇਆ ਉਸ ਜੱਟ ਨੂੰ ਦੇਣ ਦਾ, ਉਹਦੀ ਜ਼ਿੰਦਗੀ ਭੱਜ ਜਾਂਦੀ, ਉਹਦਾ ਪਰਿਵਾਰ ਭੱਜ ਜਾਂਦਾ, ਗੁਰੂ ਰਾਮਦਾਸ ਵੀ ਖੁਸ਼ ਹੋ ਜਾਂਦਾ। ਮੇਰੀ ਸੋਚ ਹੈ, ਮੈਨੂੰ ਨਹੀਂ ਪਤਾ ਤੁਹਾਨੂੰ ਚੰਗੀ ਲੱਗੇ ਨਾ ਲੱਗੇ। ਬੋਲੋ ਵਾਹਿਗੁਰੂ, ਵਾਹਿਗੁਰੂ। ਗੁਰੂ ਨੇ ਕਿਹਾ ਸੀ ਗਰੀਬ ਦਾ ਮੂੰਹ, ਕੋਈ ਪੈਸਾ, ਗੁਰੂ ਦੀ ਗੋਲਕ ਗਰੀਬ ਦਾ ਭਾਵ, ਗੁਰੂ ਦੀ ਗੋਲਕ ਕਿੱਥੇ ਜਾਣੀ ਚਾਹੀਦੀ ਹੈ? ਤੋ ਗਰੀਬ ਤੇ ਜ਼ਹਿਰ ਖਾ ਕੇ ਮਰ ਗਿਆ, ਤੇ ਤੁਸੀਂ ਚੰਦੋਏ ਚੜਾਉਂਦੇ ਰਹੇ।
ਬੋਲੋ ਵਾਹਿਗੁਰੂ 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 ਇੱਕ ਮੈਂ ਬਚਨ ਪਹਿਲਾਂ ਕੀਤਾ ਸੀ ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਜੋ ਬੋਲੇ ਸੋ ਮੁਖ ਅੰਮ੍ਰਿਤ ਸਾਰੇ ਬੋਲੋ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਹੁਣ ਤੁਸੀਂ ਰਖਾਇਆ ਅਖੰਡ ਪਾਠ ਮਾਫ਼ ਕਰੋ ਮੈਨੂੰ ਹੈਨਾ ਅਖੰਡ ਪਾਠ ਰਖਾਇਆ ਕਿੰਨੇ ਪੈਸੇ ਦਿੱਤੇ ਜਿੰਨੇ ਵੀ ਦਿੱਤੇ ਇੱਥੇ ਦਿੱਤੇ ਜਾਂ ਇੰਡੀਆ ਦਿੱਤੇ ਹੁਣ ਤਾਂ ਸੌਖਾ ਹੋ ਗਿਆ ਹਰਿਮੰਦਰ ਸਾਹਿਬ ਪੈਸੇ ਜਮ੍ਹਾਂ ਕਰਾਏ ਉਹ ਹੁਕਮਨਾਮਾ ਘਰ ਆ ਜਾਂਦਾ ਹੈਨਾ ਮੈਂ ਦੱਸਣ ਲੱਗਿਆ ਹੁਣ ਜਰਾ ਦਿਲ ਖੋਲ ਕੇ ਸੁਣਿਓ ਬੋਲੋ ਵਾਹਿਗੁਰੂ 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 ਗੁਰੂ ਨੇ ਬਾਣੀ ਵਿੱਚ ਇੱਕ ਪੰਕਤੀ ਉਚਾਰਨ ਕੀਤੀ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੈ ਦਾਨ ਦਾਨ ਕੀਤਾ ਅਕਲ ਨਾਲ ਫਲੀ ਪੂਤ ਹੋਣਾ ਸੰਸਾਰ ਵਿੱਚ ਵੀ ਮਾਣ ਅਕਲ ਨਾਲ ਮਿਲਣਾ ਤੇ ਦਰਗਾਹ 'ਚ ਵੀ ਮਾਣ ਅਕਲ ਨਾਲ ਬੋਲੋ ਵਾਹਿਗੁਰੂ 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 ਤੁਸੀਂ ਅਖੰਡ ਪਾਠ ਕਰਾਇਆ ਕੁਛ ਪੈਸੇ ਦਿੱਤੇ ਹਨਾ ਹਾਂਜੀ ਤੇ ਬਾਣੀ ਕਿੰਨੇ ਪੜ੍ਹੀ ਭਾਈ ਜੀ ਨੇ ਤੇ ਅੰਮ੍ਰਿਤ ਕੌਣ ਪੀ ਗਿਆ ਜੋ ਬੋਲੇ ਸੋ ਮੁੱਖ ਅੰਮ੍ਰਿਤ ਕੌਣ ਪੀ ਗਿਆ ਪੈਸੇ ਕੌਣ ਲੈ ਗਿਆ ਤੇ ਤੁਸੀਂ ਲੁੱਟੇ ਰਹਿ ਗਏ ਲੁੱਟੇ ਗਏ ਜੇ ਮੈਂ ਗਲਤ ਹੋ ਮੈਨੂੰ ਹੁਣੇ ਦੱਸ ਦਿਓ ਜੀ ਬੋਲੋ ਵਾਹਿਗੁਰੂ 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 ਤੁਸੀਂ ਕਿਉਂ ਨਹੀਂ ਪੜ੍ਹਦੇ ਤੁਸੀਂ ਇਹ ਸਿਲੇਬਸ ਕਿਉਂ ਨਹੀਂ ਪੜ੍ਹਦੇ ਤੁਹਾਡਾ ਬੱਚਾ ਮੈਂ ਕਹਿਣ ਡਿਆ ਸੀ ਵੀ ਯੂਨੀਵਰਸਿਟੀ ਜਾਂਦਾ ਤੇ ਉਹਨੇ ਡਾਕਟਰੀ ਦੀ ਪੜ੍ਹਾਈ ਕਰਨੀ ਸੀ ਤੇ ਉਹ ਕਿਤਾਬ ਲਿਆ ਕੇ ਡਾਕਟਰ ਦੀ ਨਾ ਮਾਫ਼ ਕਰਿਆ ਮੈਨੂੰ ਹੈਨਾ ਮੈਂ ਕਿਤਾਬ ਕਹਿਣ ਲੱਗਿਆ ਪਰ ਮੇਰੇ ਵਾਸਤੇ ਪਰਮੇਸ਼ਰ ਹੈ ਮੈਂ ਸਿਰਫ ਤੁਹਾਨੂੰ ਦੱਸਣ ਲੱਗਿਆ ਹੈਨਾ ਮੈਂ ਤਾਂ ਕੱਲ੍ਹ ਨੂੰ ਕੋਈ ਸੁਰਜੀਤ ਸਿੰਘ ਤਾਂ ਕਹਿੰਦਾ ਸੀ ਕਿਤਾਬ ਨਹੀਂ ਨਹੀਂ ਮੇਰੇ ਵਾਸਤੇ ਇਹ ਤੋਂ ਅੱਗੇ ਕੋਈ ਹੋਰ ਪਰਮੇਸ਼ਰ ਹੈ ਹੀ ਨਹੀਂ ਇਸ ਤੋਂ ਅੱਗੇ ਕੋਈ ਗੁਰੂ ਹੋਰ ਹੈ ਹੀ ਨਹੀਂ ਇਹ ਗੁਰੂਆਂ ਦਾ ਗੁਰੂ ਪਰਮੇਸ਼ਰਾਂ ਦਾ ਪਰਮੇਸ਼ਰ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵਾਹਿਗੁਰੂ ਉਹਨੇ ਬੱਚੇ ਨੇ ਨਾ ਕਿਤਾਬ ਲਿਆ ਕੇ ਘਰ ਸੋਹਣੇ ਜੇ ਪਲੰਘ 'ਤੇ ਸਜਾ ਕੇ ਅਤੇ ਉਹਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਨੂੰ ਡਾਕਟਰ ਬਣਾ ਦੇ ਪੜ੍ਹਦਾ ਪੁੱਲੀ ਉਹਨੂੰ ਖੋਲ੍ਹ ਕੇ ਉਹਨੂੰ ਦੁੱਧ ਵੀ ਪਿਆਉਂਦਾ ਉੱਥੇ ਸੈਂਟ ਸੁੱਟ ਵੀ ਸੁੱਟ ਦਿੰਦਾ ਕਦੀ 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 ਰੁਮਾਲਾ ਵੀ ਉਹਦਾ ਉਤਲਾ ਕੱਪੜਾ ਵੀ ਬਦਲ ਦਿੰਦਾ ਅਤੇ ਉਹਨੂੰ ਕਹਿੰਦਾ ਮੈਨੂੰ ਡਾਕਟਰ ਬਣਾ ਦੇ ਉਹਨੂੰ ਬਣਦਾ ਨਹੀਂ ਬਣ ਜਾਏਗਾ ਹਾਂਜੀ ਬੋਲ ਕੇ ਦੱਸੋ ਕਿਉਂ ਜੀ ਪੜ੍ਹੀ ਨਹੀਂ ਤੇ ਤੁਸੀਂ ਕੀ ਕੀਤਾ ਹੈ ਤੁਸੀਂ ਵੀ ਤਾਂ ਰੁਮਾਲਾ ਹੀ ਬਦਲਿਆ ਹੈ ਦੁੱਧ ਹੀ ਪਿਆਇਆ ਕੜਾਹ ਹੀ ਖਵਾਇਆ ਹੈ ਮੈਂ ਨਹੀਂ ਕਹਿੰਦਾ ਨਾ ਖਵਾਓ ਬੋਲੋ ਵਾਹਿਗੁਰੂ ਖਾ ਤੁਸੀਂ ਆਪ ਹੀ ਗਏ ਉਹਨੇ ਕੋਈ ਨਹੀਂ ਖਾਧਾ ਬੋਲੋ ਵਾਹਿਗੁਰੂ ਕਦੀ ਖਵਾਇਆ ਜੀ ਥਾਲ ਲਿਆ ਕੇ ਅੱਗੇ ਰੱਖ ਦਿੱਤਾ ਤੇ ਕਿਹਾ ਹੁਣ ਲਾਹੋ ਭੋਗ ਹਰ ਆਏ ਓਏ ਫਿਰ ਚੱਲਿਆ ਕਿੱਥੇ ਐ ਖਵਾ ਕੇ ਜਾਈ ਨਾ ਚੁੱਕ ਕੇ ਲਿਜਾ ਕੇ ਰਸੋਈ ਚ ਆਪੇ ਹੀ ਖਾ ਲਿਆ ਭਾਵਣਾ ਨਹੀਂ ਸੀ ਮਨ ਵਿੱਚ ਸ਼ੱਕ ਸੀ ਇਹ ਕਿਹੜਾ ਖਾਂਦਾ ਹੈ ਨਾਮਦੇਵ ਪਿਤਾ ਚਲਾ ਗਿਆ ਕੰਮ ਤੇ ਕਹਿੰਦਾ ਤੂੰ ਨਾ ਪੱਥਰ ਦੀਆਂ ਮੂਰਤੀਆਂ ਨੇ ਤੈਨੂੰ ਭੋਗ ਲਵਾ ਦੀ ਦੁੱਧ ਪਿਆ ਦਿਆ ਕਰੀ ਮੇਰੇ ਮਗਰੋਂ ਦੁੱਧ ਪਿਆ ਦੇ ਉਹਨੂੰ ਪਤਾ ਨਹੀਂ ਵੀ ਇਹ ਪੱਥਰ ਦੁੱਧ ਨਹੀਂ ਪੀਂਦਾ ਨਾ ਉਹਨੂੰ ਪਤਾ ਪੀਂਦਾ ਵੀ ਉਹਨੇ ਕਹਿਤਾ ਵੀ ਇਹ ਪਰਮੇਸ਼ਰ ਹੈ ਤੂੰ ਦੁੱਧ ਪਿਆ ਦੀ ਬੋਲੋ ਵਾਹਿਗੁਰੂ ਤੂੰ ਅੱਗੇ ਤੋਂ ਦੁੱਧ ਕਟੋਰੇ ਗੜਵੇ ਪਾਣੀ ਕਪਲ ਗਾਏ ਨਾਮੇ ਦੋਇਆ ਅੱਗੇ ਪੈ ਗਿਆ ਕਹਿੰਦਾ ਦੁੱਧ ਪੀਓ ਗੋਬਿੰਦੇ ਰਾਏ ਹੱਥ ਜੋੜ ਕੇ ਕਹਿੰਦਾ ਦੁੱਧ ਪੀ ਹੁਣ ਪੱਥਰ ਕਿੱਥੋਂ ਦੁੱਧ ਪੀਵੇ ਫਿਰ ਕਹਿੰਦਾ ਤੂੰ ਦੁੱਧ ਨਹੀਂ ਪੀਂਦਾ ਨਾ ਤੇ ਨਾ ਹੀ ਤੂੰ ਕਰ ਕੋ ਬਾਪ ਰਸਾਏ ਜੇ ਤੂੰ ਦੁੱਧ ਨਾ ਪੀਤਾ ਤੇ ਮੇਰੇ ਬਾਪੂ ਨੇ ਰੁੱਸ ਜਾਣਾ ਉਹ ਮੈਨੂੰ ਕਹਿੰਦਾ ਸੀ ਇਹਨੂੰ ਦੁੱਧ ਪਿਆਈ ਪਰਮੇਸ਼ਰ ਤੂੰ ਮੇਰੇ ਬਾਪੂ ਕੋਲੋਂ ਪੀ ਲੈਂਦਾ ਸੀ ਉਹਨੂੰ ਨਹੀਂ ਪਤਾ ਬਾਪੂ ਕੋਲੋਂ ਵੀ ਨਹੀਂ ਪੀਂਦਾ ਤੂੰ ਮੇਰੇ ਬਾਪੂ ਕੋਲੋਂ ਪੀ ਲੈਂਦਾ ਸੀ ਮੇਰੇ ਕੋਲੋਂ ਕਿਉਂ ਨਹੀਂ ਪੀਂਦਾ ਪੀ ਲੈ ਨਾ ਹੱਥ ਜੋੜ ਮਿੰਨਤਾਂ ਕਰੇ ਤੁਸੀਂ ਕਦੀ ਮਿੰਨਤਾਂ ਕੀਤੀਆਂ ਅੜੀਆਂ ਆਣ ਕੇ ਬੋਲੋ ਵਾਹਿਗੁਰੂ ਅੰਦਾਜ ਕੇ ਬੋਲੋ ਵਾਹਿਗੁਰੂ 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 ਕਦੀ ਆ ਕੇ ਕਹਿੰਦੇ ਆਏ ਅਨਕ ਜਨਮ ਭ੍ਰਮ ਸਰਣੀ ਪਿਤਾ ਜੀ ਬੜੇ ਜਨਮਾਂ ਤੂੰ ਵਿਛੜ ਗਿਆ ਵਾ ਤੇਰੀ ਸ਼ਰਨ ਚ ਆਇਆ ਵਾ ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਲਾਵੋ ਆਪਣੀ ਚਰਨੀ ਲਾਵੋ ਆਪਣੀ ਚਰਨੀ ਉਹ ਮੈਨੂੰ ਨਹੀਂ ਚਾਹੀਦੀ ਜੀ ਕਾਰ ਮੈਨੂੰ ਨਹੀਂ ਚਾਹੀਦੀ ਜੀ ਕੋਠੀ ਮੈਨੂੰ ਨਹੀਂ ਚਾਹੀਦੀ ਜੀ ਨੌਕਰੀ
ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤੂੰ ਆਪਣੇ ਚਰਨੀ ਲਾ ਲਾ। ਖੇਲ ਔਖਾ ਜੀ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡਾ ਨੁਕਸਾਨ ਪਤਾ ਕਿਉਂ ਹੋਇਆ? ਅਸੀਂ ਗੁਰਦੁਆਰੇ ਨੂੰ ਮੰਗਾਂ ਨਾਲ ਜੋੜ ਦਿੱਤਾ। ਤੂੰ ਸੁਖਣੀ ਸਾਹਿਬ ਦਾ ਪਾਠ ਕਰਾ, ਤੇਰੀ ਫਲਾਣੀ ਮੰਗ ਪੂਰੀ ਹੋ ਜਾਏਗੀ। ਅਸੀਂ ਸੁਖਣੀ ਸਾਹਿਬ ਨੂੰ ਨਹੀਂ ਪੜਿਆ, ਕਾਹੂ ਫਲ ਕੀ ਇੱਛਾ ਨੇ। ਅਸੀਂ ਸੁਖਣੀ ਸਾਹਿਬ ਵੀ ਪੜਿਆ ਤੇ ਇੱਛਾ ਲੈ, ਤੇ ਸੁਖਣੀ ਸਾਹਿਬ ਕੀ ਕਹਿੰਦਾ? ਕਾਹੂ ਫਲ ਕੀ ਕੇਵਲ ਭਗਤ। ਅਸੀਂ ਕਿਹਾ ਨਹੀਂ, ਮੇਰਾ ਤਾਂ ਫਲਾਣਾ ਕੰਮ ਹੈ, ਮੈਂ ਸੁਖਣੀ ਸਾਹਿਬ ਦਾ ਪਾਠ ਕਰਾਵਾਂਗਾ, ਉਹ ਕੰਮ ਕਰ ਦੇ। ਮੈਂ ਅਖੰਡ ਪਾਠ ਕਰਾਵਾਂਗਾ, ਮੇਰਾ ਫਲਾਣਾ ਕੰਮ ਕਰ ਦੇ। ਵਾਹਿਗੁਰੂ 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 ਵਾਹਿਗੁਰੂ। ਦਾਤਾ ਮੰਗੀਆਂ, ਦਾਤਾ ਨਹੀਂ ਮੰਗਿਆ। ਉਹਨੇ ਕਿਹਾ ਸੀ ਇੱਕੋ ਦਾਤਾ ਮੰਗੀਏ, ਦਾਤਾ ਨਾ ਮੰਗ, ਦਾਤਾ ਮੰਗ, ਸਭ ਕੁਛ ਪੱਲੇ ਪਾਏ, ਦਾਤਾ ਆਏਗਾ ਤੇ ਮੰਗਾਂ ਆਪੇ ਹੀ ਪੂਰੀਆਂ ਹੋ ਜਾਣਗੀਆਂ। ਗੁਰੂ ਨਾਨਕ ਸਾਹਿਬ ਆਉਣਗੇ ਤੇ ਜੇਬ ਨਾਲ ਹੀ ਲਿਆਉਣਗੇ, ਨਾਲ ਹੀ ਲਿਆਉਣਗੇ ਨਾ। ਜੇ ਗੁਰੂ ਨਾਨਕ ਸਾਡੇ ਕੋਲ ਆ ਜਾਣ ਤੇ ਜੇਬ ਨਾਲ ਹੀ ਲਿਆਉਣਗੇ, ਫਿਰ ਖਾਈ ਮਰਖੀ ਜਿੰਨਾ ਮਰਜ਼ੀ ਖਾਈ ਖਰਚੀ, ਤੂੰ ਗੁਰੂ ਨਾਨਕ ਨੂੰ ਮੰਗ ਹਾਂ, ਤੂੰ ਦਾਤਾ ਕਿਉਂ ਮੰਗਦਾ? ਬੋਲੋ ਵਾਹਿਗੁਰੂ। ਮੈਨੂੰ ਬੜਾ ਇੱਕ ਪਿਆਰੀ ਚੀਜ਼ ਯਾਦ ਆਈ, ਮੈਂ ਤੁਹਾਨੂੰ ਸੁਣਾਵਾਂ। ਬੋਲੋ ਵਾਹਿਗੁਰੂ। ਮੈਂ ਪੰਜਾਬ ਨੈਸ਼ਨਲ ਬੈਂਕ ਜੋਬ ਕਰਦਾ ਸੀ ਤੇ ਉਹਨਾਂ ਨੇ ਇੱਕ ਕੈਲੰਡਰ ਬਣਾਇਆ ਸੀ, ਮੈਨੂੰ ਉਹ ਕੈਲੰਡਰ ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਬੋਲੋ ਵਾਹਿਗੁਰੂ। ਤੇ ਉਹ ਸਾਡੇ ਘਰ ਲੱਗਿਆ ਤੇ ਮੈਂ ਉਹਦੇ ਵੱਲ ਦੇਖ ਨਹੀਂ ਸਕਦਾ ਕਦੇ, ਹੁਣ ਤਾਂ ਦੂਰ ਰਿਹਾ ਨਾ, ਪਰ ਮੈਂ ਦੇਖ ਰਿਹਾ, ਪਰ ਉੱਥੇ ਮੈਂ ਨਹੀਂ ਉਹਨੂੰ ਦੇਖ ਸਕਦਾ। ਬੋਲੋ ਵਾਹਿਗੁਰੂ। ਬੇਬੇ ਨਾਨਕੀ ਜੀ ਬੈਠੇ ਨੇ ਇੱਦਾਂ ਥਾਲ 'ਚ ਰੋਟੀਆਂ ਬਣਾਈਆਂ ਕਾਈਆਂ ਨੇ ਅਤੇ ਅੱਖਾਂ ਬੰਦ ਕਰਕੇ ਇੱਦਾਂ ਥਾਲ ਲੈ ਕੇ ਬੈਠੇ ਨੇ ਅਤੇ ਯਾਦ ਕਰਦੇ ਨੇ ਕਿਹਨੂੰ? ਭਲਾ ਵੀਰ ਨੂੰ ਨਹੀਂ, ਪੀਰ ਨੂੰ। ਬੋਲੋ ਵਾਹਿਗੁਰੂ। ਤੇ ਯਾਦ ਇੰਨੀ ਡੂੰਘੀ ਹੋ ਗਈ, ਗੁਰੂ ਨਾਨਕ ਸਾਹਿਬ ਤੇ ਮਰਦਾਨਾ ਉਸ ਫੋਟੋ 'ਤੇ ਨਾ ਹੱਥ ਜੋੜ ਕੇ ਖੜੇ ਨੇ ਇੱਦਾਂ, ਅਤੇ ਉਹ ਥਾਲੀ 'ਚ ਰੋਟੀ ਇੱਦਾਂ ਪਾ ਕੇ ਖੜੀ ਅਤੇ ਗੁਰੂ ਨਾਨਕ ਸਾਹਿਬ ਹੱਥ ਜੋੜ ਕੇ ਖੜੇ ਨੇ ਅਤੇ ਉਹ ਅੱਖਾਂ ਹੀ ਨਹੀਂ ਖੁੱਲਦੀ ਪਈ। ਸਾਡੇ ਕੋਲ ਕਿਉਂ ਨਹੀਂ ਆਇਆ? ਕਿਉਂਕਿ ਅਸੀਂ ਬੇਬੇ ਨਾਨਕੀ ਨਹੀਂ ਹੈਗੇ, ਸਾਡੇ ਕੋਲ ਬੇਬੇ ਨਾਨਕੀ ਵਾਲੀ ਯਾਦ ਨਹੀਂ ਹੈਗੀ। ਉਹਦੀ ਯਾਦ ਤੁਹਾਨੂੰ ਉਹਦੇ ਤੱਕ ਲੈ ਜਾਏਗੀ, ਤੁਹਾਨੂੰ ਜਾਣ ਦੀ ਲੋੜ ਨਹੀਂ। ਉਹ ਪਾਛੇ ਲਾ ਕੇ ਉਹ ਹਰ ਫਿਰੇ ਕੈਤ ਕਬੀਰ ਕਬੀਰ, ਤੂੰ ਤਾਂ ਸਿਰਫ ਉਹਨੂੰ ਯਾਦ ਕਰ, ਉਹ ਆ ਕੇ ਪੁੱਛੇਗਾ ਤੂੰ ਕਿਉਂ ਯਾਦ ਕਰਨਾ ਮੈਨੂੰ? ਬੋਲੋ ਵਾਹਿਗੁਰੂ। ਸੁੱਖ ਲੈਣਾ ਨਾ, ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ 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 ਵਾਹਿਗੁਰੂ। ਸੁੱਖ ਨਾ ਹੀ ਬਹੁਤਾ ਧਨ ਖਾਟੇ, ਬੜੇ ਬੜੇ ਧਨਵਾਨ ਦਾਸ ਕੋਲ ਆਏ ਨੇ, ਮੈਨੂੰ ਮਹਾਰਾਜ ਨੇ ਭੇਜਿਆ ਸਾਰੇ ਸੰਸਾਰ 'ਤੇ ਆਪਣਾ ਕੁੱਤਾ ਬਣਾ ਕੇ। ਬੋਲੋ ਵਾਹਿਗੁਰੂ ਵਾਹਿਗੁਰੂ। ਉਹਦਾ ਮੈਸੇਜ ਦੇ ਰਿਹਾ ਨਾ, ਮੈਂ ਨਹੀਂ ਬੋਲ ਰਿਹਾ, ਆ ਲਾਊਡ ਸਪੀਕਰ ਤੁਹਾਡੇ ਤੱਕ ਆਵਾਜ਼ ਪਹੁੰਚਾ ਰਿਹਾ ਨਾ, ਅਤੇ ਮੈਂ ਉਹਦਾ ਲਾਊਡ ਸਪੀਕਰ ਹਾਂ, ਮੇਰੇ ਕੋਲ ਕੁਛ ਨਹੀਂ, ਖਾਲੀ ਬੋਲਦਾ ਹੋਰ। ਬੋਲੋ ਵਾਹਿਗੁਰੂ 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 ਵਾਹਿਗੁਰੂ। ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਇਹਦੇ ਅੱਗੇ ਹੱਥ ਜੋੜੋ, ਸੀਸ ਨਵਾਓ ਤੇ ਇਹਨੂੰ ਆਖੋ ਇਹ ਹਾਜ਼ਰ ਨਾਜ਼ਰ ਏ, ਇਹ ਗੁਰੂ ਨਾਨਕ ਏ। ਇਹ ਵੱਖਰੀ ਗੱਲ ਹੈ, ਸਾਡੀਆਂ ਅੱਖਾਂ ਹੰਨੀਆਂ ਜੇ ਦੇਖਣ ਵਾਲੀਆਂ, ਪਰ ਇਹ ਉਹੋ ਹੀ ਬੈਠਾ ਏ, ਉਹੋ ਹੀ ਏ। ਬੋਲੋ ਵਾਹਿਗੁਰੂ। ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕ ਦਿੱਤਾ ਹੋਵੇ, ਉਹ ਸਿੱਖਾ ਤੂੰ ਉਹਨੂੰ ਛੱਡ ਕੇ ਕਿੱਥੇ ਜਾਣਾ, ਹੁਣ ਹੋਰ ਕਿਹਨੂੰ ਮੱਥਾ ਟੇਕਣਾ ਹੈ? ਬੋਲੋ ਵਾਹਿਗੁਰੂ। ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ।
ਗੁਰੂ ਗ੍ਰੰਥ ਸਾਹਿਬ ਜੀ ਜੇ ਮੈਨੂੰ ਮਨੁੱਖਾ ਜਨਮ ਦਿੱਤਾ, ਜੇ ਤੂੰ ਮੈਨੂੰ ਸਿੱਖਾਂ ਦੇ ਘਰ ਜਨਮ ਦਿੱਤਾ, ਜੇ ਤੂੰ ਮੈਨੂੰ ਗੁਰਦੁਆਰੇ ਲੈ ਕੇ ਆਇਆ ਤੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪਣਾ ਨਾਮ ਵੀ ਜਪਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਤੁਸੀਂ ਕੀ ਮੰਗਿਆ? ਧੀ ਪੁੱਤ ਉਹਨੇ ਦੇ ਦਿੱਤਾ, ਤੁਸੀਂ ਕਾਰ ਕੋਠੀ ਮੰਗੀ ਉਹਨੇ ਦੇ ਦਿੱਤੀ, ਪਰ ਹੋਇਆ ਕੀ? ਜਿਹੜੀ ਕਾਰ ਮੰਗੀ ਹੁਣ ਕਾਰ ਤਾਂ ਮਿਲ ਗਈ, ਪਰ ਦਾਦੇ ਨੂੰ ਭੁੱਲ ਗਏ ਜਿਹਨੇ ਦਿੱਤੀ ਸੀ। ਉਸ ਕਾਰ 'ਚ ਪੇਟੀ ਸ਼ਰਾਬ ਦੀ ਰੱਖ ਕੇ ਘਰ ਲੈ ਆਇਆ। ਜਿਹੜੀ ਕੋਠੀ ਉਹਨੇ ਦਿੱਤੀ ਮੰਗ ਕੇ ਲਈ, ਉਹਦੇ 'ਚ ਬਾਹਰ ਖੋਲ ਲਈ, ਉਹਨੂੰ ਕੱਢਤਾ ਉੱਥੋਂ। ਬੋਲੋ ਵਾਹਿਗੁਰੂ। ਗੁੱਸਾ ਤੇ ਨਹੀਂ ਲੱਗੇਗਾ? ਬੋਲੋ ਵਾਹਿਗੁਰੂ। ਥੋੜਾ ਜਿਹਾ ਤੇ ਲੱਗੇ, ਥੋੜਾ ਜਿਹਾ ਲੱਗਣਾ ਚਾਹੀਦਾ। ਜਾਂਦੇ ਬੋਤਲ ਭਾ ਕੇ ਬਾਹਰ ਮਾਰ, ਥੋੜਾ ਕੁ ਗੁੱਸਾ ਲੱਗੇ ਜਿਹੜਾ ਉਸ ਤਰ੍ਹਾਂ ਜਿਹਾ ਫੇਰਿਆ ਨਾ, ਬਾਹਰ ਮਾਰ ਭਾ ਕੇ ਮੈਂ ਤੇ ਗੁਰੂ ਦਾ ਸਰੂਪ ਬਣ ਲੈ। ਕੋਈ ਗੱਲ ਨੀ, ਜੇ ਮੇਰੇ ਤੇ ਵੀ ਗੁੱਸਾ ਲੱਗੇ ਦੋ ਡੰਡੇ ਮੇਰੇ ਵੀ ਮਾਰ ਲਓ, ਮੈਨੂੰ ਕੋਈ ਗੁੱਸਾ ਨੀ। ਬੋਲੋ ਵਾਹਿਗੁਰੂ। ਮੈਂ ਵੀ ਤਾਂ ਸ਼ਬਦ ਦਾ ਸੋਟਾ ਮਾਰਦਾ ਪਿਆ ਨਾ, ਜੇ ਤੁਸੀਂ ਮੇਰੇ ਦੋ ਸੋਟੇ ਮਾਰ ਦਿਓਗੇ ਤੇ ਕੀ ਹੋ ਚੱਲਣਾ। ਬੋਲੋ ਵਾਹਿਗੁਰੂ। ਜਿਹਨੇ ਸੱਚ ਬੋਲਣਾ ਉਹਨੂੰ ਤੱਤੀ ਤਵੀ ਤੇ ਬਹਿਣਾ ਹੀ ਪੈਣਾ। ਇੱਥੇ ਬੈਠ ਕੇ ਝੂਠ ਬੋਲਣਾ, ਮਹਾਰਾਜ ਕਹਿੰਦਾ ਸੱਚ ਉਪਦੇਸ਼ ਸੇਵਕ ਕੋ ਦੇ, ਨਹੀਂ ਤੇ ਕੁੱਤਿਆਂ ਤੇਰੇ ਕੋਲ ਲੇਖਾ ਲਵਾਂਗਾ। ਸੱਚੀ ਗੱਲ ਕਰੀ ਜੇ ਇੱਥੇ ਬੈਠਾ ਤੇ। ਫਿਰ ਤੁਸੀਂ ਤੇ ਮੈਂ ਆਪਣਾ ਆਪਣਾ ਨਦੇਰਾ ਆਪੇ ਕਰ ਲਈਏ ਵੀ ਏਦਾਂ ਦਾ ਮੈਂ ਹੈਗਾ ਕਿ ਨਹੀਂ ਹੈਗਾ, ਮੈਨੂੰ ਨੀ ਪਤਾ। ਤੁਸੀਂ ਹੋ ਸਕਦਾ ਰੱਬ ਨਾਲ ਮਿਲੇ ਹੋ, ਮੈਂ ਕਿਹੜਾ ਅੰਤਰਜਾਮੀ। ਬੋਲੋ ਵਾਹਿਗੁਰੂ। ਨਾ ਮੈਨੂੰ ਚਾਹੀਦੀ ਅੰਤਰਜਾਮ, ਤਾਂ ਮੈਨੂੰ ਤਾਂ ਇੱਕੋ ਚਾਹੀਦਾ ਮੇਰੀ ਰਸਨਾ ਕਹੇ ਵਾਹਿਗੁਰੂ, ਮੇਰੇ ਹਰ ਸਵਾਸ ਚ ਨਿਕਲੇ ਵਾਹਿਗੁਰੂ, ਮੇਰੇ ਰੋਮ ਰੋਮ ਵਿੱਚੋਂ ਨਿਕਲੇ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਲੋਕ ਕਹਿਣ ਪਾਗਲ ਏ, ਲੋਕ ਕਹੇ ਕਬੀਰ ਬੌਰਾਨਾ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿੱਚ ਆਇਆ। ਲੋਕ ਕਹਿੰਦੇ ਤੇ ਭੂਤਨਾ ਹੈ, ਇਹ ਤੇ ਬੇਤਾਲਾ, ਇਹ ਕੋਰਾ ਹੀ ਹੈ। ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਭਾਈ ਮਰਦਾਨਾ ਜੀ, ਯਾਦ ਕਰੋ, ਆਖੋ ਭਾਈ ਮਰਦਾਨਾ ਜੀ। ਅਸੀਂ ਤਾਂ ਕਦੀ ਉਹਨੂੰ ਯਾਦ ਹੀ ਨਹੀਂ ਕੀਤਾ। ਮੈਂ ਤਾਂ ਕਹਿੰਦਾ ਜੇ ਉਹਨੂੰ ਵੀ ਯਾਦ ਕਰ ਲੈਂਦੇ ਨਾ ਤੁਸੀਂ, ਤਾਂ ਵੀ ਬੜਾ ਪਾਰ ਹੋ ਜਾਣਾ ਸੀ। ਅਸੀਂ ਹੋਰ ਹੋਰ ਬਾਬਿਆਂ ਨੂੰ ਕਿਹਾ, ਧੰਨ ਧੰਨ ਬਾਬਾ ਫਲਾਣਾ ਸਿੰਘ ਜੀ, ਧੰਨ ਧੰਨ ਬਾਬਾ ਧਮਕਾਣਾ ਸਿੰਘ ਜੀ। ਮੈਂ ਨੀ ਕਹਿੰਦਾ ਨਾ ਕਹੋ, ਕਹਿੰਦੇ ਰਹੋ, ਪਰ ਕਦੀ ਕਿਹਾ ਜੇ ਧੰਨ ਧੰਨ ਭਾਈ ਮਰਦਾਨਾ ਜੀ? 50 ਸਾਲ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾਇਆ, ਸਾਹਮਣੇ ਬਿਠਾ ਕੇ ਲਿਆਓ, ਕੋਈ ਸਿੱਖ ਹੈਗਾ? 50 ਸਾਲ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾਇਆ। ਬੋਲੋ ਵਾਹਿਗੁਰੂ। ਤੇ ਅਸੀਂ ਉਹਨੂੰ ਪਤਾ ਕਿਹੋ ਜਿਹਾ ਦਿਖਾਇਆ? ਬੜਾ ਭੁੱਖਾ ਸੀ, ਉਹਦੀਆਂ ਸਾਖੀਆਂ ਬਣਾ ਬਣਾ ਕੇ ਮਜ਼ਾਕ ਉਡਾਇਆ। ਇੱਕ ਸੰਤ ਕੀਰਤਨ ਕਰਦਾ ਸੀ, ਮੈਂ ਵੀ ਬੈਠਾ ਤੇ ਕਹਿੰਦਾ ਉਹ ਗੁਰੂ ਚੌਥੀ ਪਾਤਸ਼ਾਹੀ ਤੇ ਮਰਾਸੀ ਕੀਰਤਨ ਕਰਦੇ ਸੀ, ਮੇਰੇ ਕੋਲ ਰਹਿ ਨਾ ਗਿਆ। ਮੈਂ ਕਿਹਾ ਬਕਵਾਸ ਬੰਦ ਕਰ, ਤੂੰ ਮੇਰੇ ਪਿਓ ਨੂੰ ਮੇਰੇ ਸਾਹਮਣੇ ਮਰਾਸੀ ਕਹੀ ਜਾਂਦਾ? ਜੇ ਮਰਦਾਨਾ ਮਰਾਸੀ ਸੀ ਤੇ ਤੂੰ ਤੇ ਮਰਾਸੀਆਂ ਦਾ ਵੀ ਮਰਾਸੀ ਹੈ। ਸਾਨੂੰ ਪਤਾ ਹੀ ਨਹੀਂ, ਇਸ ਤੋਂ ਪਿਆਰਾ ਤਾਂ ਕੋਈ ਸਿੱਖ ਹੈ ਹੀ ਨਹੀਂ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ। ਜਿਹੜੇ ਬਾਣੀ ਪੜ੍ਹਦੇ ਉਹਨਾਂ ਪਤਾ, ਸਲੋਕ ਮਰਦਾਨਾ ਮਹਲਾ ਪਹਿਲਾ। ਬੋਲੋ ਵਾਹਿਗੁਰੂ। ਕਿੱਥੇ ਬਿਠਾਇਆ? ਜਿੱਥੇ ਗੁਰੂ ਨਾਨਕ ਆਪ ਬੈਠਾ। ਕਹਿੰਦਾ ਤੈਨੂੰ ਹੁਣ ਮੈਂ ਵਿਛੋੜਨਾ ਨੀ ਮਰਦਾਨਾ, ਮਰਦਾਨਾ ਜੀ ਇੰਨੇ ਸਾਲ ਕੀਰਤਨ ਸੁਣਾਇਆ, ਹੁਣ ਮੇਰੇ ਨਾਲ ਹੀ ਬਹਿ ਜਾਓ ਗੁਰੂ ਗ੍ਰੰਥ ਸਾਹਿਬ ਵਿੱਚ। ਕਿੰਨਾ ਪਿਆਰਾ ਹੋਏਗਾ ਸਿੱਖ। ਤੇ ਤੁਹਾਡੇ ਚੋਂ 50 ਸਾਲ ਗਏ ਹੋਣੇ ਨੇ, ਕੁਛ ਨਾ ਕੁਛ ਤਾਂ ਜ਼ਰੂਰ ਗਏ ਹੋਣੇ ਨੇ। ਸ਼ਾਬਾਸ਼। ਬੋਲੋ ਵਾਹਿਗੁਰੂ 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 ਵਾਹਿਗੁਰੂ। ਤੇ ਮੇਰੇ ਦੋ ਰਿਸ਼ਤੇਦਾਰ ਵੀ ਹਜ਼ੂਰ ਸਾਹਿਬ ਗਏ ਸੀ, ਹੁਣੇ ਹੀ ਥੋੜ੍ਹੇ ਦਿਨ ਹੋਏ ਨੇ, ਹਜ਼ੂਰ ਸਾਹਿਬ ਚਲ ਗਏ। ਪਹਿਲਾਂ ਮੈਨੂੰ ਕਹਿੰਦਾ ਹਜ਼ੂਰ ਸਾਹਿਬ ਜਾਣਾ, ਤੇ ਮੈਂ ਕਿਹਾ ਕੀ ਕਰਨ ਜਾਣਾ? ਊਹਾਂ ਤੋਂ ਜਾਈ ਜੋ ਇਹ ਨਾ ਹੋਈ।
ਉੱਥੇ ਤੇ ਤਾਂ ਜਾ ਜੇ ਇੱਥੇ ਨਹੀਂ ਤੇ ਤਾਂ ਉਹਨੂੰ ਕਿੱਥੇ ਸਮਝ ਲੱਗੇ ਇਹ ਗੱਲ ਨਹੀਂ ਸਮਝ ਲੱਗਦੀ ਬਹੁਤ ਔਖੀ ਹੈ ਲੋ ਵਾਹਿਗੁਰੂ ਉਹ ਚਲੇ ਗਏ ਅਤੇ ਜਦੋਂ ਆਏ ਨਾ ਦੋਵੇਂ ਸੱਕੇ ਰਿਸ਼ਤੇਦਾਰ ਸੀ ਅਤੇ ਦੋਵੇਂ ਨੇ ਇੱਕ ਨੇ ਮੂੰਹ ਉੱਧਰ ਕੀਤਾ ਅਤੇ ਇੱਕ ਨੇ ਉੱਧਰ ਕੀਤਾ ਲੜ ਕੇ ਆ ਗਏ ਉਹ ਮੈਂ ਕਿਹਾ ਹਜ਼ੂਰ ਕੋਲ ਗਏ ਸੀ ਅਤੇ ਹਜ਼ੂਰ ਤਾਂ ਕਹਿੰਦਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਹਜ਼ੂਰ ਤਾਂ ਕਹਿੰਦਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਹਜ਼ੂਰ ਤਾਂ ਕਹਿੰਦਾ ਸੇ ਹਰ ਜਨ ਹਰ ਮਿਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਅਤੇ ਤੁਸੀਂ ਦੋਵੇਂ ਲੜ ਕੇ ਆ ਗਏ ਖੱਟ ਕੇ ਕੀ ਆਏ ਹੋਏ ਤਾਂ ਮਤਲਬ ਹਜ਼ੂਰ ਕੋਲ ਨਹੀਂ ਗਏ ਹਜ਼ੂਰ ਸਾਹਿਬ ਗਏ ਸਮਝ ਲੱਗ ਗਈ ਇੱਕ ਬੀਬੀ ਗਈ ਸਾਡੀ ਸੰਗੀ ਸਾਥੀ ਆ ਬੋਲੋ ਵਾਹਿਗੁਰੂ ਤੁਸੀਂ ਵੀ ਸਾਰੇ ਸੰਗੀ ਆ ਬੋਲੋ ਵਾਹਿਗੁਰੂ ਉਹ ਹਜ਼ੂਰ ਸਾਹਿਬ ਗਈ ਅਤੇ ਉਹਦਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਸੀ ਅਤੇ ਉਹਨੂੰ ਅਸੀਂ ਕਿਹਾ ਵੀ ਤੂੰ ਬੀਬੀ ਤੂੰ ਉਹ ਬੜੀ ਰੱਬ ਦੇ ਨਾਲ ਹੀ ਸੀ ਅਸੀਂ ਉਹਨੂੰ ਕਿਹਾ ਤੂੰ ਸੰਗਤ ਚੱਲੀ ਹਜ਼ੂਰ ਸਾਹਿਬ ਅਤੇ ਤੂੰ ਸੰਗਤ ਦੇ ਨਾਲ ਚੱਲ ਉਹ ਚਲੇ ਗਈ ਬੋਲੋ ਵਾਹਿਗੁਰੂ ਵਾਹਿਗੁਰੂ ਜੇ ਪੰਜ ਦਸ ਮਿੰਟ ਵੱਧ ਘੱਟ ਹੋ ਜਾਣ ਕੋਈ ਬੋਲੋ ਵਾਹਿਗੁਰੂ 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 ਥੋੜ੍ਹਾ ਤੁਹਾਨੂੰ ਰਿਲੈਕਸ ਕਰਾਂ ਇੱਕ ਥਾਂ ਮੈਂ ਕੀਰਤਨ ਕਰਦਾ ਅਤੇ ਮੈਂ ਕਿਹਾ ਬੋਲੋ ਵਾਹਿਗੁਰੂ ਅਤੇ ਇੱਕ ਬਾਬਾ ਸਾਹਮਣੇ ਬੈਠਾ ਕਹਿੰਦਾ ਅਸੀਂ ਵਾਹਿਗੁਰੂ ਬੋਲਣਾ ਅਤੇ ਤੈਨੂੰ ਪੈਸੇ ਕਾਹਦੇ ਵਾਸਤੇ ਦੇਣੇ ਨੇ ਅਤੇ ਮੈਂ ਕਿਹਾ ਬਾਪੂ ਜੀ ਪੈਸੇ ਨਾ ਦਿਓ ਵਾਹਿਗੁਰੂ ਬੋਲੋ ਪੈਸੇ ਰਹਿਣ ਦਿਓ ਬੋਲੋ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਇੱਕ ਦਿਨ ਇੱਕ ਬਜ਼ੁਰਗ ਨਾ ਖੁੰਡੀ ਫੜੀ ਮੇਰੇ ਵਰਗਾ ਸੀਗਾ ਮੈਂ ਵੀ ਹੁਣ ਖੁੰਡੀ ਫੜਨ ਵਾਲਾ ਹਾਂ ਗੋਡੇ ਦੁਖਦੇ ਦੋਵੇਂ ਬੋਲੋ ਵਾਹਿਗੁਰੂ ਵਾਹਿਗੁਰੂ ਪਰ ਕਿੰਨਾ ਦਿਆਲੂ ਕਿਰਪਾਲੂ ਹੈ ਫਿਰ ਲਾਇਆ ਤੁਹਾਡੇ ਦਰਸ਼ਨ ਕਰਾਉਣ ਵਾਸਤੇ ਅਤੇ ਉਹਨੇ ਰੁਪਈਆ ਰੱਖਿਆ ਅਤੇ ਤੁਰ ਪਿਆ ਪੌਂਡ ਰੱਖਿਆ ਅਤੇ ਤੁਰ ਪਿਆ ਅਤੇ ਮੈਂ ਕਿਹਾ ਬਾਪੂ ਜੀ ਵੀਰ ਜੀ ਕਦੀ ਟੈਸਕੋ 'ਤੇ ਪੈਸੇ ਰੱਖ ਕੇ ਅਤੇ ਸੌਦਾ ਲਏ ਬਗੈਰ ਘਰ ਤੁਰ ਗਏ ਹੋ ਤੁਸੀਂ ਕਦੀ ਸਮਾਨ ਲੈਣ ਗਏ ਹੋ ਦੁਕਾਨ 'ਤੇ ਟੈਸਕੋ 'ਤੇ ਜਾਂ ਜੋ ਵੀ ਅਤੇ ਤੁਹਾਡੇ ਆਸਥਾ ਉਸਤਾ ਜੋ ਵੀ ਹੈਗਾ ਤੁਸੀਂ ਉੱਥੇ ਪੈਸੇ ਦਿੱਤੇ ਹੁਣ ਤਾਂ ਸਮਾਨ ਨਾ ਲਿਆ ਵੀ ਘਰ ਨੂੰ ਤੁਰ ਗਏ ਹੋ ਹਾਂਜੀ ਪੈਸੇ ਦੇ ਕੇ ਸਮਾਨ ਲੈਂਦੇ ਹੋ ਨਾ ਅਤੇ ਇੱਥੇ ਤਾਂ ਤੁਸੀਂ ਪੈਸੇ ਹੀ ਦੇ ਜਾਂਦੇ ਸਮਾਨ ਲੈਂਦੇ ਕੋਈ ਨਹੀਂ ਪੁੱਛ ਲੈ ਜਾਓ ਪੈਸੇ ਦਿੱਤੇ ਨੇ ਤਾਂ ਕੁਛ ਲੈ ਜਾਓ ਨਹੀਂ ਦਿੱਤੇ ਤਾਂ ਵੀ ਲੈ ਜਾਓ ਇੱਥੇ ਬਾਬੇ ਨਾਨਕ ਦਾ ਹੱਟ ਖੁੱਲਿਆ ਹੈ ਜਿਹੜਾ ਨਹੀਂ ਦਿੰਦਾ ਉਹਨੂੰ ਵੀ ਉਹਨਾਂ ਹੀ ਦਿੰਦਾ ਤੇਰਾ 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 ਕਿਸੇ ਨੇ ਪੈਸੇ ਦਿੱਤੇ ਸੀ ਜਿਹਨੇ ਦਿੱਤੇ ਉਹਨੂੰ ਵੀ ਤੇਰਾ ਜਿਹਨੇ ਨਹੀਂ ਦਿੱਤੇ ਉਹਨੂੰ ਵੀ ਤੁਸੀਂ ਲੈਂਦੇ ਨਹੀਂ ਅੱਟੀ ਖੁੱਲੀ ਤੁਸੀਂ ਲੈਂਦੇ ਨਹੀਂ ਵਾਹਿਗੁਰੂ 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 ਗੁਰੂ ਨਾਨਕ ਖੋਲ ਕੇ ਬਠਾਰੇ ਬੈਠੇ ਨੇ ਖੁੱਲੇ ਹੱਟ ਹੋਵਾ ਵਪਾਰ ਗੁਰੂ ਗ੍ਰੰਥ ਸਾਹਿਬ ਦੇ ਖੁੱਲੇ ਹੱਟ ਕਹਿੰਦਾ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਹੁਣ ਨਾ ਤੁਸੀਂ ਲੁੱਟੋ ਤੇ ਗੁਰੂ ਕੀ ਕਰੇ ਸੂਰ ਗੁਰੂ ਦਾ ਕਿ ਸਾਡਾ ਅਸੀਂ ਨਹੀਂ ਲੁੱਟਿਆ ਅਸੀਂ ਨਹੀਂ ਲੁੱਟਿਆ ਉਹ ਤਾਂ ਲੁਟਾਉਣ ਲਈ ਬੈਠਾ ਤੇ ਕਹਿੰਦਾ ਮੈਨੂੰ ਦੋਵਾਂ ਹੱਥਾਂ ਨਾਲ ਲੁੱਟ ਦੋਵਾਂ ਹੱਥਾਂ ਨਾਲ ਲੁੱਟ ਦਿਨ ਰਾਤ ਲੁੱਟ ਵਾਹਿਗੁਰੂ 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 ਥੋੜੀ ਆਵਾਜ਼ ਆਉਂਦੀ ਪੈਸੇ ਵੰਡ ਲਾਂਗੇ ਆਪਾਂ ਵਾਹਿਗੁਰੂ 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 ਮੈਨੂੰ ਕੋਈ ਕਹਿੰਦਾ ਰੱਬ ਬੋਲਿਆ ਵਾਹਿਗੁਰੂ 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 ਉੱਚੀ ਉੱਚੀ ਕਰਦਾ ਮੈਂ ਕਿਹਾ ਨਹੀਂ ਰੱਬ ਨਹੀਂ ਬੋਲਾ ਮੇਰੀ ਸੁਰਤੀ ਇੰਨੀ ਹੋ ਗਈ ਮੈਂ ਹੀ ਬੋਲਾ ਹੋ ਗਿਆ ਮੈਂ ਕਹਿੰਦਾ ਕਿਤੇ ਜਾਗ ਜਾਵੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਏ ਰੱਬ ਨਹੀਂ ਬੋਲਾ ਉਹ ਤੇ ਅੰਦਰ ਹੀ ਬੈਠਾ ਹੈ ਸਾਈਂ ਨਾ ਬਹਿਰਾ ਹੋਏ ਇੱਕ ਗੱਲ ਹੋਰ ਬੜੀ ਵਧੀਆ ਬਾਣੀ 'ਚ ਕਹੀ ਹੈ ਕਬੀਰ ਜੀ ਨੇ ਕਹਿੰਦੇ ਮੈਂ ਹੱਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਅਤੇ ਮੈਂ ਸੋਚਿਆ ਮੈਂ ਵੀ ਗਿਆ ਸੀ ਹਜ਼ੂਰ ਸਾਹਿਬ ਮੈਂ ਵੀ ਗਿਆ ਸੀ ਹੇਮਕੁੰਟ ਇੱਥੋਂ ਟਿਕਟ ਬੁੱਕ ਕਰਾਈ ਅਤੇ ਮੈਂ ਕਿਹਾ ਹੇਮਕੁੰਟ ਜਾਣਾ ਉਹ ਗਿਆ ਸੀ ਉੱਥੇ ਹੱਜ ਕਾਬੇ ਅਤੇ ਸਾਈਂ ਅੱਗੋਂ ਮਿਲਿਆ ਵਾਹਿਗੁਰੂ ਮਿਲਿਆ ਅੱਲਾ ਮਿਲਿਆ ਅਤੇ ਲੜ ਪਿਆ ਕਹਿੰਦਾ ਸਾਈਂ ਮੁਸੋ ਲੜ ਪੜਿਆ ਤੁਝੇ ਕਿਨ ਫੁਰਮਾਈ ਗਾਏ ਤੈਨੂੰ ਕਿਹਨੇ ਕਿਹਾ ਮੈਂ ਮੱਕੇ 'ਚ ਰਹਿੰਦਾ ਵਾਂ ਫਿਰ ਉਹਨੇ ਪੁੱਛਿਆ ਵੀ ਤੂੰ ਕਿੱਥੇ ਰਹਿੰਦਾ ਏ ਜੇ ਤੂੰ ਮੱਕੇ 'ਚ ਨਹੀਂ ਰਹਿੰਦਾ ਤੇ ਕਿੱਥੇ ਰਹਿੰਦਾ ਏ ਜੇ ਤੂੰ ਹੇਮਕੁੰਟ ਨਹੀਂ ਰਹਿੰਦਾ ਤੇ ਕਿੱਥੇ ਰਹਿੰਦਾ ਏ ਕਹਿੰਦਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਈਹਾਂ ਠੋਰ ਮੁਕੰਮ ਮੈਂ ਤਾਂ ਇੱਥੇ ਰਹਿੰਦਾ
ਇੱਥੋਂ ਲੱਭ ਅੰਦਰ ਖੋਜ ਜਿਹਨ ਗੁਰਮੁਖ ਖੋਜ ਟੰਡੋਲਿਆ ਤੈਨੇ ਅੰਦਰੋਂ ਹੀ ਸੱਚ ਲੱਭਿਆ ਤੂੰ ਆਪਣੇ ਆਪ ਦੀ ਖੋਜ ਕਰ ਤੂੰ ਕੌਣ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਆਪਣੇ ਆਪ ਨੂੰ ਲੱਭ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਤੂੰ ਆਪਣੇ ਆਪ ਨੂੰ ਪਛਾਣ ਲੈ ਤੂੰ ਹੀ ਰੱਬ ਹੈ ਰੱਬ ਹੋ ਕੇ ਪੱਬ ਤੇ ਬੈਠਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਮੇਰਾ ਰੂਪ ਹੈ ਫਿਰ ਤੁਸੀਂ ਕੀ ਹੋਏ ਕੀ ਹੋਏ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਹੀ ਹੋਏ ਹੋਰ ਕੌਣ ਹੋਏ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੂੰ ਕਰੂੰ ਅਸੀਂ ਪਛਾਣਿਆ ਹੀ ਨਹੀਂ ਆਪਣੇ ਆਪ ਨੂੰ ਸਾਡੀ ਕੌਮ ਨੇ ਪਛਾਣਿਆ ਹੀ ਨਹੀਂ ਆਪਣੇ ਆਪ ਨੂੰ ਰੁਲ ਗਈ ਪੱਬਾਂ ਕਲੱਬਾਂ 'ਚ ਰੁਲ ਗਏ ਇੱਕ ਵਿਆਹ ਕਰਨਾ ਸੀ ਅਤੇ ਪੈਲਸ ਬੁੱਕ ਕਰਾ ਲਿਆ ਵੱਡੇ ਮਹਾਰਾਜੇ ਬਣ ਕੇ ਬਹਿ ਗਏ ਮੈਂ ਪੁੱਛਿਆ ਇੱਕ ਦਿਨ ਕਿਸੇ ਬਰਾਤ ਸੀ ਮੈਂ ਪੁੱਛਿਆ ਮੈਂ ਕਿਹਾ ਇੱਕ ਇੱਕ ਅੱਖਰ ਬੋਲੋ ਮੇਰੇ ਨਾਲ ਬੋਲੋ ਵਾਹਿਗੁਰੂ ਵਾਹਿਗੁਰੂ ਮੈਂ ਇੱਕ ਲਾਈਨ ਪੜ੍ਹਦਾ ਤੁਸੀਂ ਵੀ ਪੜ੍ਹੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਰਾ ਮਹਿਸੂਸ ਕਰਕੇ ਆਖੋ ਮੇਰੇ ਕਹਿਣ ਤੇ ਕਹਿਤਾ ਹੈ ਅੰਦਰ ਮਹਿਸੂਸ ਕਰੋ ਨਾ ਗੁਰੂ ਨੂੰ ਨਾਲ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਤੇ ਮੈਂ ਪੁੱਛਿਆ ਮੈਂ ਕਿਹਾ ਨਾਲੇ ਕਹਿੰਦੇ ਹਾਂਜੀ ਤੇ ਮੈਂ ਹੁਣ ਪੈਲਸ 'ਤੇ ਚੱਲਿਆ ਤੇ ਹੁਣ ਕਿੱਥੇ ਫਿਰ ਪੈਲਸ 'ਤੇ ਜਦੋਂ ਵੜੇਗਾ ਤੇ ਫਿਰ ਕਿੱਥੇ ਛੱਡ ਜਾਏਗਾ ਉਹ ਗੁਰੂ ਤੇਗ ਬਹਾਦਰ ਸਾਹਿਬ 26 ਸਾਲ 9 ਮਹੀਨੇ 13 ਦਿਨ ਬੰਦਗੀ ਕਰਦੇ ਨੇ ਭੋਰੇ ਚ ਵੜ ਜਾਂਦੇ ਤੇ ਮਾਤਾ ਜੀ ਵੀ ਕੁਛ ਕਰਦੇ ਹੀ ਹੋਣੇ ਨੇ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਕੁਛ ਕਰਦੇ ਹੀ ਹੋਣਗੇ ਨਾਲ ਆਪਣੇ ਪਤੀ ਦੀ ਸਹਾਇਤਾ ਕਰਦੇ ਸੀ ਤੇ ਅੱਜ ਕੱਲ੍ਹ ਮਾਫ਼ ਕਰਨਾ ਜੇ ਕਿਤੇ ਪਤੀ ਨੇ ਗੁਟਕਾ ਫੜ ਲਿਆ ਲੈ ਤੂੰ ਭਾਈ ਬਣਨਾ ਜੇ ਤੂੰ ਪਾਠ ਹੀ ਕਰਨਾ ਸੀ ਤੇ ਮੇਰੇ ਨਾਲ ਵਿਆਹ ਕਾ ਤੂੰ ਕਰਾਇਆ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਜੇ ਕਿਤੇ ਬੀਬੀ ਨੇ ਗੁਟਕਾ ਫੜ ਲਿਆ ਨਾ ਤੇ ਤੂੰ ਫਿਰ ਭਾਈਆਂ ਕੋਲ ਹੀ ਤੁਰ ਜਾ ਤੂੰ ਕੌਣ ਏ ਗੁਰੂ ਨੇ ਤੇ ਤੈਨੂੰ ਹੀ ਭਾਈ ਬਣਾਇਆ ਸੀ ਤੂੰ ਗੁਰਦੁਆਰੇ ਦਾ ਬਣਾ ਕੇ ਰੱਖ ਦਿੱਤਾ ਮੈਨੂੰ ਕੀ ਕਹਿੰਦੇ ਨੇ ਭਾਈ ਸੁਰਜੀਤ ਸਿੰਘ ਮੈਂ ਕਿਤੇ ਗੁਰਦੁਆਰੇ 'ਤੇ ਡਿਊਟੀ ਨਹੀਂ ਕਰਦਾ ਪਰ ਮੈਨੂੰ ਭਾਈ ਕਹਿੰਦੇ ਨੇ ਭਾਈ ਦਾ ਮਤਲਬ ਕੀ ਸੀ ਭਰਾ ਗੁਰੂ ਨੇ ਸਾਨੂੰ ਭਰਾ ਬਣਾਇਆ ਸੀ ਆਪਸ ਵਿੱਚ ਸਾਨੂੰ ਕਿਹਾ ਸੀ ਦੇਖ ਭਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹ ਤੇਰੀਆਂ ਭੈਣਾਂ ਨੇ ਮਾਵਾਂ ਨੇ ਧੀਆਂ ਨੇ ਦੇਖ ਤੇਰੀਆਂ ਅੱਖਾਂ ਪਵਿੱਤਰ ਹੋ ਗਈਆਂ ਨੇ ਜੇ ਤੇਰੀਆਂ ਅੱਖਾਂ ਗੰਦੀਆਂ ਨੇ ਤਾਂ ਰੱਬ ਕਿਵੇਂ ਮਿਲੇਗਾ ਜਿਹੜੇ ਤੇਰੇ ਕੰਨ ਨਿੰਦਿਆ ਸੁਣਦੇ ਨੇ ਤੇ ਨਾ ਕੰਨਾਂ ਨਾਲ ਰੱਬ ਕਿਵੇਂ ਸੁਣੇਗਾ ਜੇ ਤੇਰੀ ਜੀਭ ਨਿੰਦਿਆ ਕਰਦੀ ਹੈ ਝੂਠੀ ਹੋ ਗਈ ਹੈ ਇਹਦੇ ਨਾਲ ਰੱਬ ਕਿਵੇਂ ਸੁਣੇਗਾ ਇਹਦੇ ਨਾਲ ਰੱਬ ਦਾ ਨਾਮ ਕਿਵੇਂ ਬੋਲੇਗਾ ਨਾ ਅੱਖਾਂ ਪਵਿੱਤਰ ਨਾ ਕੰਨ ਪਵਿੱਤਰ ਨਾ ਮੂੰਹ ਪਵਿੱਤਰ ਸਾਰਾ ਕੁਛ ਤਾਂ ਝੂਠਾ ਵਿਚਾਰ ਝੂਠੇ ਤੇ ਰੱਬ ਨੂੰ ਮਿਲਣ ਚੱਲੇ ਸੀ ਇਹ ਸਾਰਾ ਕੁਛ ਸੁੱਚਾ ਕਰ ਬੋਲੋ ਵਾਹਿਗੁਰੂ 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 ਤੇ 26 ਸਾਲ 9 ਮਹੀਨੇ 13 ਦਿਨ ਬੰਦਗੀ ਗੁਰੂ 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 ਦਿਨ ਰਾਤ ਗੁਰੂ ਗੁਰੂ ਲੋਕਾਂ ਨੇ ਕਿਹਾ ਉਹ ਕਮਲਾ ਕਰਿੰਦਾ ਉੱਥੇ ਭੋਰੇ 'ਚ ਇਹ ਕਿਹਾ ਸੀ ਨਾ ਵਾਹਿਗੁਰੂ ਅੱਜ ਵੀ ਤੁਸੀਂ ਕਮਲਾ ਹੀ ਕਹਿੰਦੇ ਹੋ ਜਿਹੜਾ ਰੱਬ ਦਾ ਨਾਂ ਲੈਣ ਲੱਗ ਜਾ ਵਾਹਿਗੁਰੂ 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 ਅੱਛਾ ਮੈਂ ਦੂਰ ਨਾ ਜਾਵਾਂ ਤੇ 26 ਸਾਲ 9 ਮਹੀਨੇ ਬਾਅਦ ਬੰਦਗੀ ਕਰਕੇ ਉਹਨਾਂ ਦੇ ਘਰ ਪੈਦਾ ਕੌਣ ਹੋਇਆ ਹਾਂਜੀ ਗੁਰੂ ਗੋਬਿੰਦ ਸਿੰਘ ਭਗਤੀ ਵਿੱਚੋਂ ਤੇ ਸ਼ਰਾਬ ਪੀ ਕੇ ਕੁੱਕੜ ਖਾ ਕੇ ਕੀ ਪੈਦਾ ਹੋਏਗਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪੈਦਾ ਹੋਏਗਾ ਤੁਸੀਂ ਵੀ ਗ੍ਰਿਸਤੀ ਨਹੀਂ ਰੱਖੀ ਵਿਆਹ ਕਰਨਾ ਸੀ ਗ੍ਰਿਸਤੀ ਨਹੀਂ ਰੱਖੀ ਅੱਗੇ ਬੱਚੇ ਪੈਦਾ ਹੋਣੇ ਨੇ ਤੇ ਨੀਂਹ ਕਿੱਥੇ ਰੱਖੀ ਕੁੱਕੜ ਮਾਰ ਕੇ ਸ਼ਰਾਬਾਂ ਦੀਆਂ ਬੋਤਲਾਂ ਏਟੀਆਂ ਭੰਗੜੇ ਡਾਂਸ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਕੀ ਕੀ ਬੋਲੋ ਵਾਹਿਗੁਰੂ ਮੈਂ ਤਾਂ ਕਦੇ ਗਿਆ ਨਹੀਂ ਮੈਨੂੰ ਪਤਾ ਨਹੀਂ ਪਰ ਲੋਕ ਦੱਸਦੇ ਬੋਲੋ ਵਾਹਿਗੁਰੂ
ਫਿਰ ਕੌਣ ਪੈਦਾ ਹੋਏਗਾ ਜੀ ਸਾਡੇ ਘਰ? ਉਹ ਤੇ ਬੰਦਗੀ ਚੋਂ ਪੈਦਾ ਹੋਣਾ ਸੀ ਤੇ ਬੰਦਗੀ ਅਸੀਂ ਕੀਤੀ ਨਹੀਂ। ਇੱਕ ਥਾਂ ਮੈਂ ਤਾਂ ਬੋਲਦਾ ਸੀ ਤੇ ਇੱਕ ਬੀਬੀ ਰੋਣ ਲੱਗ ਗਈ ਉੱਚੀ ਉੱਚੀ, ਖੜੀ ਹੋ ਗਈ ਰੋ ਕੇ, ਕਹਿੰਦੀ ਭਾਈ ਸਾਹਿਬ ਜੀ ਇਹਨੇ ਤੁਹਾਨੂੰ ਦੁਬਾਰਾ ਨਹੀਂ ਬੁਲਾਉਣਾ ਇਹਨਾਂ ਨੇ। ਮੈਂ ਕਿਹਾ ਪੁੱਤਰ ਤੂੰ ਬਹਿ ਜਾ, ਮੈਨੂੰ ਪਤਾ ਇਹਨਾਂ ਨੇ ਦੁਬਾਰਾ ਨਹੀਂ ਬੁਲਾਉਣਾ ਤੇ ਮੈਂ ਵੀ ਚਾਹੁੰਦਾ ਅੱਜ ਹੀ ਸਾਰਾ ਕੁਝ ਦੱਸ ਜਾਵਾਂ। ਮੈਂ ਵੀ ਪੈਸੇ ਲੈਣ ਨਹੀਂ ਆਇਆ, ਕੁੱਟ ਤਾਂ ਮੈਨੂੰ ਪੈ ਸਕਦੀ, ਪੈਸੇ ਨਹੀਂ ਇਹਨਾਂ ਦੇਣ। ਇਹ ਸਰੋਪਾ ਨਹੀਂ ਪਾਉਣ ਲੱਗੇ ਮੇਰੇ ਗੱਲ, ਉਹਨਾਂ ਪਾਇਆ ਵੀ ਨਹੀਂ ਸੱਚੀ। ਵਾਹਿਗੁਰੂ ਵਾਹਿਗੁਰੂ, ਕੱਲ ਦੀ ਗੱਲ ਹੀ ਹੈ, ਰਾਤੀ ਮੈਂ ਕਿਤੇ ਕੀਰਤਨ ਕਰਦਾ ਸੀ, ਇੱਕ ਬੀਬੀ ਕਹਿੰਦੀ ਤੁਸੀਂ ਇੰਨਾ ਸੱਚ ਬੋਲਤਾ ਮੈਂ ਬਿਮਾਰੀ ਹੋ ਗਈ ਹਾਂ। ਮੈਂ ਕਿਹਾ ਸੱਚ ਨੇ ਤਾਂ ਇਲਾਜ ਕਰਨਾ ਸੀ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਸੱਚੇ ਕੇ ਦੀਵਾਨ ਕੂੜ ਨਾ ਜਾਈਐ। ਸੱਚੀ ਦਰਗਾਹ ਝੂਠ ਨਾ ਪਹੁੰਚੋਗੇ, ਇੱਥੇ ਸੱਚ ਦਾ ਮਾਰਗ ਹੈ, ਇੱਥੇ ਤੇ ਸਵਾਲ ਹੀ ਹੈ ਕਿ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ। ਉਹ ਤੇ ਦੌੜਨਾ ਨਹੀਂ, ਵਾਹਿਗੁਰੂ ਉਹ ਦੌੜ ਕੇ ਤੇ ਅਸੀਂ ਪਾਠ ਕੀਤਾ, ਓਂਕਾਰ ਸਤਨਾਮ ਕਰਤਾ ਪੁਰਕੇ ਦੀ ਛੁੱਟੀ ਨਾਲ ਨਹੀਂ, ਕਮਾਈ ਕਰਨਾ ਇੱਕ ਓਂਕਾਰ ਦੀ ਕਮਾਈ ਕਰ, ਬੋਲ ਇੱਕ ਓਂਕਾਰ ਇੱਕ ਓਂਕਾਰ ਇੱਕ ਓਂਕਾਰ ਇਹਦੀ ਕਮਾਈ ਕਰ ਤੇ ਦੇਖ ਗੁਰੂ ਕੀ ਦਿੰਦੇ ਨੇ, ਕਹਿੰਦੇ ਨਾ ਤੇਰਾ ਨਿਰੰਕਾਰ ਹੈ ਨਾ ਇਹ ਲਈਆ ਨਰਕ ਨਾ ਜਾਈਏ। ਓਏ ਤੂੰ ਕਮਾਈ ਕਰ ਲੈ, ਇੱਕ ਓਂਕਾਰ ਦੀ ਕਮਾਈ ਕਰ ਲੈ ਤਾਂ ਵੀ ਨਹੀਂ ਨਰਕਾਂ ਚ ਜਾਏਗਾ। ਗੁਰੂ ਦਾ ਇੱਕ ਅੱਖਰ ਹੀ ਕਮਾਲ ਹੈ, ਕਮਾ ਸਹੀ, ਨਹੀਂ ਤੇ ਗਾਏ ਸੁਣੇ ਅੱਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗੈ ਲੋ ਜੋ ਨਾ ਕਮਾਈਏ। ਅੱਖਾਂ ਮੀਚ ਕੇ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਗਾ ਸੁਣ ਕੇ ਪ੍ਰਾਪਤੀ ਨਹੀਂ ਹੁੰਦੀ, ਜਿੰਨ ਚਿਰ ਕਮਾਈ ਨਹੀਂ ਕਰਦੇ। ਬੋਲੋ ਵਾਹਿਗੁਰੂ। ਅਸੀਂ ਗਾਉਣ ਵਾਲੇ ਸੀ, ਪਾਠੀ ਪਾਠ ਕਰਨ ਵਾਲੇ ਨੇ, ਪਹੁੰਚ ਗਏ ਨੇ, ਉਹਨਾਂ ਨੇ ਮਜ਼ਦੂਰੀ ਲੈ ਲਈ। ਉਹਨੇ ਕਿਹਾ ਸੀ ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸਵਾਓ, ਮਾਇਆ ਦੇ ਧੰਦੇ ਛੱਡ ਕੇ ਗਾ ਤੇ ਅਸੀਂ ਮਾਇਆ ਲੈਣ ਦੀ, ਖੰਡ ਪਾਠ ਵੀ ਮਾਇਆ ਨਾਲ। ਅੱਜ ਕੱਲ੍ਹ ਤਾਂ ਇੱਕ ਨਵਾਂ ਪਾਠ ਤੁਰ ਪਿਆ, ਤੁਹਾਡੇ ਚ ਕਿਸੇ ਨੇ ਕਰਾਇਆ ਵੀ ਹੋਣਾ ਸੰਪਟ ਪਾਠ? ਨਹੀਂ ਕਰਾਇਆ, ਚੰਗਾ ਸ਼ੁਕਰ ਕਰਾਇਆ ਵੀ ਨਾ, ਸੰਕਟ ਪਾਠ ਹੀ ਇਹ, ਸੰਪਟ ਨਹੀਂ ਹੈਗਾ, ਸੰਕਟ ਹੀ ਆ ਜਾਣਾ ਤੁਹਾਡੇ ਤੇ, 20-25 ਬੰਦੇ ਆ ਜਾਣੇ, ਰੋਟੀਆਂ ਖਵਾ ਖਵਾ ਮਰ ਜਾਣਾ। ਬੋਲੋ ਵਾਹਿਗੁਰੂ। ਜਿਹੜਾ ਜਪਜੀ ਸਾਹਿਬ ਦਾ ਪੜਨ ਦਾ ਟਾਈਮ ਸੀ ਉਹ ਵੀ ਰੋਟੀਆਂ ਪਕਾਉਣ ਚ ਲੰਘ ਜਾਣਾ। ਏਦਾਂ ਗੁਰੂ ਨੇ ਕਿਤੇ ਨੀ ਕਿਹਾ, ਗੁਰੂ ਅਰਜਨ ਦੇਵ ਜੀ ਨਿਆਣੇ ਸੀ, ਜੇ ਸੰਪਟ ਪਾਠ ਦਾ ਜ਼ਿਆਦਾ ਫਲ ਸੀ ਤੇ ਲੇਖ ਹੀ ਸੰਪਟ ਚ ਦਿੰਦੇ ਇਹਨੂੰ, ਪਰ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ, ਢਿੱਡ ਲਈ ਪੇਟ ਲਈ ਪਖੰਡ ਕਰਨਾ ਸ਼ੁਰੂ ਕਰਦਾ। ਇਹ ਬਾਣੀ ਜੋ ਜੀਓ ਜਾਣਾ ਤੇ ਇਸ ਅੰਤਰ ਰਵੇ ਹਰਨਾਮਾ, ਜਿਹੜਾ ਜੀਵ ਆਤਮਾ ਇਸ ਬਾਣੀ ਨੂੰ ਜਾਣ ਲਏਗਾ, ਇਹਦੇ ਨਾਲ ਪਹਿਚਾਣ ਬਣਾ ਲਏਗਾ, ਇਹਨੂੰ ਆਪਣੇ ਹਿਰਦੇ ਟਿਕਾ ਲਏਗਾ, ਉਹਦੇ ਅੰਦਰ ਨਾਮ ਦੀ ਲਹਿਰ ਚੱਲ ਪਵੇਗੀ। ਬੋਲੋ ਵਾਹਿਗੁਰੂ। ਅੰਦਰ ਯਾਦ ਚੱਲ ਪਏਗੀ ਪਰਮੇਸ਼ਰ, ਹਰਨਾਮੇ ਨਾਲ ਗੱਲਾਂ, ਹਰਨਾਮੇ ਨਾਲ ਮਸਲਤ, ਹਰਨਾਮ ਹਮਾਰੀ ਕਰਦਾ ਨਿਤ ਸਾਰਾ, ਹਰਨਾਮ ਹਮਾਰੀ ਸੰਗਤ ਅਤ ਪਿਆਰੀ, ਹਰਨਾਮ ਕੁੱਲ ਹਰਨਾਮ ਪਰਵਾਰ। ਬੋਲ ਵਾਹਿਗੁਰੂ 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 ਬੋਲੋ ਵਾਹਿਗੁਰੂ 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 ਵਾਹਿਗੁਰੂ। ਅੱਜ ਥੋੜ੍ਹਾ ਜਿਹਾ ਪ੍ਰਸ਼ਾਦ ਲੇਟ ਹੋ ਜਾਣਾ, ਭੁੱਖ ਲੱਗੀ। ਸੱਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਲੱਗੀ ਨਹੀਂ ਭੁੱਖ ਤੇ ਦੁੱਖ ਕਿੱਥੋਂ ਜਾਣ। ਗੁਰੂ ਅਮਰਦਾਸ ਜੀ ਨੂੰ ਲੱਗੀ ਤੇ ਕਹਿੰਦਾ ਹਮ ਭਿੱਖਕ ਭਿਖਾਰੀ ਤੇਰੇ, ਮੈਂ ਭਿਖਾਰੀ ਹਾਂ ਤੇਰੇ ਦਰ ਦਾ, ਕਹਿੰਦੇ ਕੀ ਭੁੱਖ ਲੱਗੀ ਹੈ? ਹੋ ਦਿਆਲ ਨਾਮ ਦਿਓ ਮੰਗਤ ਜਨ, ਮੈਨੂੰ ਇਹ ਭੁੱਖ ਲੱਗੀ ਹੈ, ਦਿਆਲੂ ਕਿਰਪਾਲੂ ਹੋ ਕੇ ਮੇਰੀ ਝੋਲੀ 'ਚ ਨਾਮ ਦੀ ਦਾਤ ਪਾ ਦਿੱਤੀ। ਬੋਲੋ ਵਾਹਿਗੁਰੂ। ਭੁੱਖ ਲੱਗੀ ਹੋਵੇ ਨਾ, ਇਹਨੂੰ ਭੁੱਖ ਲੱਗੀ ਸੀ ਇੱਕ ਬੰਦੇ ਨੂੰ, ਉਹਦਾ ਨਾਂ ਸੀ ਸੈਨ ਨਾਈ। ਬੋਲੋ ਵਾਹਿਗੁਰੂ। ਤੇ ਸੰਤ ਪ੍ਰਾਹੁਣੇ ਆ ਗਏ ਉਹਦੇ ਘਰ,
ਤੇ ਉਹ ਰਾਜੇ ਦੀ ਸੇਵਾ ਕਰਨ ਜਾਂਦਾ ਹੁੰਦਾ ਸੀ ਤੇ ਅੱਜ ਸੰਤ ਪ੍ਰਾਹੁਣੇ ਆ ਗਏ ਤੇ ਉਹ ਕੀਰਤਨ ਕਰਨ ਲੱਗ ਗਏ ਤੇ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਅਸੀਂ ਤੇ ਰੋਟੀ ਨਹੀਂ ਛੱਡ ਸਕਦੇ ਉਹਨੇ ਰਾਜੇ ਦੀ ਸੇਵਾ ਛੱਡ ਦਿੱਤੀ ਕਹਿੰਦਾ ਸੁਣਾਓ ਵਾਹਿਗੁਰੂ ਜਿੱਦਣ ਤੁਹਾਡੇ ਮਨ 'ਚ ਚਾ ਪੈਦਾ ਹੋ ਗਿਆ ਨਾ ਇੱਕ ਸੁਖਮਨੀ ਸਾਹਿਬ ਪੜ੍ਹਿਆ ਇੱਕ ਹੋਰ ਪੜ੍ਹ ਲਵਾਂ ਇੱਕ ਜਪਜੀ ਪੜ੍ਹਿਆ ਇੱਕ ਹੋਰ ਪੜ੍ਹ ਲਵਾਂ ਚਾਹ ਉਪਜੇ ਮਨ ਚਾਹ ਪਿਆ ਪ੍ਰਭ ਆਗਮ ਸੁਣਿਆ ਹਰ ਗਾਉ ਮੰਗਲ ਸਖੀ ਆ ਗ੍ਰਹਿ ਮੰਦਿਰ ਬਣਿਆ ਇਹ ਘਰ ਹੀ ਮੰਦਿਰ ਬਣ ਗਿਆ ਘਰ ਹੀ ਗੁਰਦੁਆਰਾ ਬਣ ਗਿਆ ਸਰੀਰ ਹੀ ਗੁਰਦੁਆਰਾ ਬਣ ਗਿਆ ਜੇ ਤੁਹਾਨੂੰ ਕਿਤੇ ਇਹ ਗੱਲ ਪਤਾ ਲੱਗ ਜਾਏ ਨਾ ਜਿਹੜੀ ਗੁਰਬਾਣੀ 'ਚ ਲਿਖੀ ਹੈ ਫਿਰ ਤੁਸੀਂ ਕਦੇ ਨਹੀਂ ਠੇਕੇ ਤੇ ਜਾ ਸਕਦੇ ਹਰਿਮੰਦਰ ਇਹ ਸਰੀਰ ਹੈ ਬੋਲੋ ਫਿਰ ਬੋਲੋ ਹਰਿਮੰਦਰ ਇਹ ਆਪਣੇ ਨੂੰ ਆਪਣੇ ਆਪ ਨੂੰ ਕਹੋ ਹਰਿਮੰਦਰ ਇਹ ਸਰੀਰ ਹੈ ਇਹ ਕੀ ਹੋ ਗਿਆ ਸਰੀਰ ਜੀ ਰੱਬ ਦਾ ਘਰ ਤੇ ਹੁਣ ਰੱਬ ਦੇ ਘਰ ਵਿੱਚ ਕੀ ਪਾਏਗਾ ਬੁਲਵਾਹਿਗੁਰੂ ਮੈਂ ਰਾਤੀ ਉਹਨਾਂ ਨੂੰ ਕਹਿਣ ਡਿਆ ਸੀ ਮੈਂ ਕਿਹਾ ਅੱਜ ਨਾ ਤੁਸੀਂ ਜਦੋਂ ਘਰ ਨੂੰ ਜਾਣਾ ਤੁਸੀਂ ਵੀ ਸਾਰੇ ਬੁਲਵਾਹਿਗੁਰੂ ਮੈਂ ਕਿਹਾ ਅੱਜ ਜਦੋਂ ਘਰ ਜਾਣਾ ਨਾ ਤੇ ਅੱਜ ਗੁਰੂ ਨੂੰ ਕਿਹੋ ਸੱਚੇ ਪਾਤਸ਼ਾਹ ਮੇਰੇ ਨਾਲ ਹੀ ਘਰ ਚੱਲੋ ਗੁਰਦੁਆਰੇ ਨਾ ਛੱਡ ਜਾਇਓ ਇਹਨੂੰ ਸਥੂਲ ਰੂਪ ਵਿੱਚ ਇਹ ਗੁਰਦੁਆਰਾ ਰਹੇਗਾ ਹਨਾ ਪਰ ਆਤਮਕ ਤੌਰ ਤੇ ਮੇਰੇ ਨਾਲ ਹੀ ਚੱਲ ਬਾਬਾ ਕਹੋਗੇ ਹਾਂਜੀ ਕਹੋਗੇ ਜੀ ਫਿਰ ਇਹਨੇ ਸ਼ਰਾਬ ਨਹੀਂ ਪੀਣ ਦੇਣੀ ਫਿਰ ਇਹਨੇ ਛੇਕ ਵੀ ਨਹੀਂ ਕਰਨ ਦੇਣੀ ਭਰਵੱਟੇ ਵੀ ਨਹੀਂ ਪੁੱਟਣ ਦੇਣੇ ਮੇਰੇ ਨਾਲ ਹੀ ਤੁਰ ਪਿਆ ਨਾ ਮੁਰਗਾ ਬਣਾ ਕੇ ਇਹਨੇ ਖਾਣ ਨਹੀਂ ਦੇਣਾ ਨਾਲ ਹੈ ਨਾ ਮੇਰੇ ਨਾਲ ਹੀ ਚੱਲੀ ਮੇਰੇ ਘਰ ਹੀ ਰਹਿ ਮੇਰੇ ਨਾਲ ਹੀ ਸੌ ਮੇਰੇ ਨਾਲ ਹੀ ਖਾ ਮੇਰੇ ਨਾਲ ਹੀ ਰਹਿ ਮੈਂ ਵਿਛੜਨਾ ਨਹੀਂ ਚਾਹੁੰਦਾ ਮੈਂ ਮਰ ਜਾਂਦਾ ਮੈਂ ਵਿਛੋੜਾ ਸੁਣੇ ਡੁੱਕ ਪਿੰਡ ਠੇ ਮਰਿਓਦ ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਪ੍ਰੇਤੁਤ ਭਗਵੰਤਾ ਮੈਂ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਆਪਣੇ ਦੇਖੇ ਗੁਰਦੁਆਰੇ ਜੀਓ ਇਹ ਕਿਹਦੇ ਵਾਸਤੇ ਸੀ ਇਹ ਖਿਆਲੀ ਗੱਲਾਂ ਨੇ ਅੰਮ੍ਰਿਤ ਰਸ ਸਤਿਗੁਰੂ ਚੋਂ ਆਇਆ ਦਸੋਂ ਦਵਾਰ ਪ੍ਰਗਟ ਹੋਇਆ ਆ ਇਹ ਖਿਆਲੀ ਗੱਲਾਂ ਨੇ ਕਦੋਂ ਪੀਓਗੇ ਉਮਰ ਤੇ ਲੰਘ ਚੱਲੀ ਏ ਬੀਤ ਜਾ ਹੈ ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਾ ਰੇ ਅਜਾਨ ਕਾਲ ਤੋਂ ਪਹੁੰਚੇ ਆਉਣ ਕਹਾਂ ਜਾਹੇ ਭਾਜ ਰੇ ਉਮਰ ਤੇ ਲੰਘ ਚੱਲੀ ਏ ਕਦੋਂ ਪੀਏਗਾ ਅੰਮ੍ਰਿਤ ਰਸ ਸਤਿਗੁਰੂ ਪਿਆਇਆ ਦਸਵਾਂ ਦਵਾਰ ਪ੍ਰਗਟ ਹੋਇਆ ਆ ਕਿਹੜਾ ਦਸਵਾਂ ਦਵਾਰ ਵਾਹਿਗੁਰੂ ਇਹਨੂੰ ਪੜ੍ਹੇਗਾ ਤੇ ਪਤਾ ਲੱਗੇਗਾ ਸਿਲੇਬਸ ਪੜ੍ਹੇਗਾ ਤੇ ਪਤਾ ਲੱਗੇਗਾ ਜੇ ਮੱਥਾ ਟੇਕ ਕੇ ਜਾਂਦਾ ਰਿਹਾ ਘਰ ਜਾਂਦਾ ਰਿਹਾ ਬੋਲੋ ਵਾਹਿਗੁਰੂ ਤੇ ਮੈਂ ਤੁਹਾਨੂੰ ਸੁਣਾਉਣ ਲੱਗਿਆ ਸੀ ਬੀਬੀ ਦੀ ਗੱਲ ਉਹ ਵਿੱਚੇ ਰਹਿ ਗਈ ਸੀ ਬੋਲੋ ਵਾਹਿਗੁਰੂ ਹਜ਼ੂਰ ਸਾਹਿਬ ਗਈ ਉਹਨੂੰ ਕਿਹਾ ਤੂੰ ਹਜ਼ੂਰ ਸਾਹਿਬ ਜਾਈ ਤੇ ਇਸ ਗੱਲ ਨਾਲ ਟੁੱਕਦੀ ਗੱਲ ਹੈ ਬੋਲੋ ਵਾਹਿਗੁਰੂ ਹਜ਼ੂਰ ਸਾਹਿਬ ਚਲੇ ਗਈ ਸੰਗਤ 'ਚ ਬੈਠੀ ਹੈ ਕੋਈ ਚੰਗਾ ਕੀਰਤਨ ਜਾਂ ਕੀਰਤਨ ਕਰਦਾ ਸੀ ਸੋਹਣੇ ਰੱਬ ਦੇ ਰੰਗ 'ਚ ਜੁੜਿਆ ਹੋਇਆ ਸੀ ਉਹਨੇ ਕਿਹਾ ਤੁਸੀਂ ਹੁਣ ਹਜ਼ੂਰ ਸਾਹਿਬ ਆਇਓ ਤੇ ਹਜ਼ੂਰ ਨੂੰ ਨਾਲ ਹੀ ਲੈ ਜਾਓ ਤੁਸੀਂ ਅਰਦਾਸ ਕਰਿਓ ਵੀ ਹਜ਼ੂਰ ਸਾਡੇ ਨਾਲ ਹੀ ਚੱਲ ਤੇ ਉਹ ਬੀਬੀ ਪਤਾ ਕੀ ਕਹਿੰਦੀ ਹੈ ਉਹ ਰੋਣ ਲੱਗ ਗਈ ਉੱਚੀ ਉੱਚੀ ਸੰਗਤ 'ਚ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਨੂੰ ਆਪਣੇ ਘਰ ਨਹੀਂ ਲਿਜਾ ਸਕਦੀ ਕਿਉਂ ਕਹਿੰਦੀ ਮੇਰਾ ਤੇ ਘਰ ਵਾਲਾ ਸ਼ਰਾਬ ਪੀਂਦਾ ਰੋਜ਼ ਮੈਂ ਤੁਹਾਨੂੰ ਉਸ ਘਰ 'ਚ ਕਿਵੇਂ ਲਿਜਾਵਾਂ ਦੁਹਾਈ ਰੱਬ ਦੀ ਮੈਂ ਤੁਹਾਨੂੰ ਨਾਲ ਨਹੀਂ ਲਿਜਾ ਸਕਦੀ ਮੈਂ ਨਹੀਂ ਕਹਿਣਾ ਮੇਰੇ ਨਾਲ ਘਰ ਚੱਲੋ ਤੇ ਉੱਧਰ ਕੀ ਹੋਇਆ ਰਾਤ ਦੇ 12 ਵਜੇ ਘਰ ਵਾਲਾ ਪੀ ਕੇ ਸੁੱਤਾ ਸੀ ਤੇ ਪਤਾ ਨਹੀਂ ਕੀ ਕਲਾ ਵਰਤੀ ਸਤਿਗੁਰ ਸੱਚੇ ਪਾਤਸ਼ਾਹ ਦੀ ਉੱਠ ਪਿਆ ਉੱਠ ਕੇ ਤੇ ਨਿਆਣਿਆਂ ਨੂੰ ਕਹਿੰਦਾ ਮੇਰੀਆਂ ਬੋਤਲਾਂ ਭੁੰਨੋ ਬਾਹਰ ਸੁੱਟੋ ਘਰ ਸਾਫ਼ ਕਰੋ ਝਾੜੂ ਮਾਰੋ ਇਹ ਕਰੋ ਉਹ ਕਰੋ ਉਹ ਕਹਿੰਦੇ ਬਾਪੂ ਤੂੰ ਪੀਤੀ ਹੈ ਪੀਤੀ 'ਚ ਕਮਲਾ ਹੋ ਗਿਆ ਤੂੰ ਲੱਗਦਾ ਕਹਿੰਦਾ ਨਹੀਂ ਨਹੀਂ ਮੈਂ ਕਮਲਾ ਨਹੀਂ ਸੱਚੀ ਮੈਂ ਕਹਿ ਰਿਹਾ ਮੈਨੂੰ ਮਾਫ਼ੀ ਦੇ ਦਿਓ ਤੁਸੀਂ ਘਰ ਸਾਫ਼ ਕਰੋ ਘਰ ਸਾਫ਼ ਕਰੋ ਅਸਲੀ ਗੱਲ ਨਹੀਂ ਉਹਨੇ ਦੱਸੀ ਕੌਣ ਆਇਆ ਕੌਣ ਨਹੀਂ ਇਹ ਨਹੀਂ ਦੱਸੀ ਉਹਨੇ ਪਰ ਉਹਨੇ ਸਾਰਾ ਸ਼ਰਾਬਾਂ ਸ਼ਰੂਬਾਂ ਬਾਹਰ ਬੋਤਲਾਂ ਸੁੱਟ ਕੇ ਘਰ ਸਾਫ਼ ਕਰਾ ਲਿਆ ਆਪਣਾ ਉਹ ਬੀਬੀ ਦੇ ਆਉਣ ਤੋਂ ਪਹਿਲਾਂ ਜਿੱਦਣ ਆਈ ਕਹਿੰਦਾ ਆਪਾਂ ਅੰਮ੍ਰਿਤ ਛਕਣਾ ਤੁਸੀਂ ਆਇਓ ਮੈਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗਾ ਕਿਉਂਕਿ ਦੇਖ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਹੈ ਮੇਰੇ ਦੱਸਿਆ ਕੁਛ ਨਹੀਂ ਉਹਦੇ ਚਿਹਰੇ 'ਤੇ ਉਹ ਲਾਲੀਆਂ ਨੇ ਹੁਣ ਨਾਮ ਦੀਆਂ ਜਿਹੜੀਆਂ ਗੁਰੂ ਨੇ ਚੜਾਈਆਂ ਨੇ ਲਾਲ ਰੰਗ ਤਿਸਕੋ ਲੱਗਾ ਜਿਸ 'ਤੇ ਭਾਗਾ ਮਹਿਲਾ ਕਦੇ ਨਾ ਹੋਵੇ ਤੁਸੀਂ ਵੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਨਾ ਗੁਰੂ ਜੀ ਮੇਰੇ ਨਾਲ ਹੀ ਮੇਰੇ ਘਰ ਚੱਲੋ ਤੁਹਾਡਾ ਘਰ ਉੱਦਣ ਹੀ ਸਾਫ਼ ਹੋ ਜਾਣਾ ਜੀ ਤੁਸੀਂ ਤੇ ਮੈਂ ਕਦੀ ਇਹਨੂੰ ਕਿਹਾ ਹੀ ਨਹੀਂ ਅਸੀਂ ਕਿਹਾ ਗੁਰਦੁਆਰੇ ਹੀ ਰਹੋ
ਜੇ ਕਿਤੇ ਤੁਸੀਂ ਮੇਰੇ ਘਰ ਆ ਗਏ ਤਾਂ ਫਿਰ ਮੈਨੂੰ ਸ਼ਰਾਬ ਪਾਣੀ ਬੰਦ ਕਰਨਾ ਪੈਣਾ, ਫਿਰ ਮੈਂ ਨਿੰਦਾ ਕਿਹਦੀ ਕਰੂੰਗਾ, ਫਿਰ ਮੈਂ ਝੂਠ ਕਿਵੇਂ ਬੋਲਾਂਗਾ। ਤੁਹਾਰੇ ਘਰੇ ਸਾਨੂੰ ਗੱਲ ਦੀ ਸਮਝ ਆਵੇ, ਬੋਲੋ ਵਾਹਿਗੁਰੂ 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 ਵਾਹਿਗੁਰੂ। ਹੁਣ ਆਪਾਂ ਥੋੜ੍ਹਾ ਕਹ ਨਾ ਬਸ ਹੋ ਗਈ ਸਮਾਪਤ, ਇਹਦਾ ਮਤਲਬ ਹੁੰਦਾ ਬਸ ਕਰ। ਬਿਲਕੁਲ ਡਰਾਉਣਾ ਨੀ, ਬਿਲਕੁਲ ਤੁਹਾਨੂੰ ਜੋੜਨਾ ਹੈ ਗੁਰੂ ਨਾਲ, ਤੁਹਾਡਾ ਭਲਾ ਕਰਨਾ ਹੈ। ਮੇਰਾ ਕੋਈ ਮਤਲਬ ਕਿਸੇ ਦੀ ਕੋਈ ਇਨਸਲਟ ਕਰਨਾ ਨਹੀਂ ਹੈ, ਮੈਂ ਕੌਣ ਆਉਣਾ ਵਾ, ਮੇਰਾ ਜਿਹੜਾ ਮਕਸਦ ਹੈ ਗੁਰੂ ਨਾਲ ਜੋੜ ਕੇ ਤੁਹਾਨੂੰ ਸੁਖੀ ਕਰਨਾ ਹੈ। ਜਿਹੜਾ ਸੁੱਖ ਮੈਂ ਲਿਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਮੇਰੀ ਹੁਣ ਤੱਕ 25-30 ਬਰਸੀਆਂ ਬਣਾਈਆਂ ਗਈਆਂ ਹੋਣੀਆਂ ਸੀ ਆਹ ਲਾਈਫ। ਮੈਂ ਇੱਕ ਵਾਰੀ ਸੰਗਤ ਨੂੰ ਕਿਹਾ, ਮੈਂ ਕਿਹਾ ਤੁਹਾਨੂੰ ਕਰਾਮਾਤ ਦਿਖਾਵਾਂ, ਉਹਨਾਂ ਕਿਹਾ ਪਤਾ ਨਹੀਂ ਬਾਬੇ ਨੇ ਕੀ ਦਿਖਾ ਦੇਣਾ, ਉਹ ਸੀਰੀਅਸ ਜੇ ਹੋ ਗਿਆ। ਮੈਂ ਸੀਰੀਅਸ ਨਾ ਹੋ, ਮੈਂ ਤੁਹਾਨੂੰ ਦਿਖਾ ਦੇਣਾ। ਕਹਿੰਦੇ ਦਿਖਾਓ, ਮੈਂ ਕਿਹਾ ਆਹ ਦੇਖ ਗੁਰੂ ਨਾਨਕ ਦੀ ਕਰਾਮਾਤ, ਨਾਲੀ ਦੇ ਕੀੜੇ ਨੂੰ ਚੱਕ ਕੇ ਆਪਣੇ ਸਿੰਘਾਸਨ 'ਤੇ ਬਿਠਾ ਦਿੱਤਾ, ਕਰਾਮਾਤ ਹੈ ਉਹਦੀ, ਖਾਲਸਾ ਉਹਦੀ ਕਰਾਮਾਤ ਹੈ। ਨਰਕ ਪਣੰਤੇ ਜਨਮ ਪਵਾਂਤੇ ਤਿੰਨ ਕੇ ਕੁੱਲ ਉਧਾਰੇ, ਨਰਕਾਂ 'ਚ ਪਏ ਜਨਮਾਂ 'ਚ ਪਾਉਂਦੇ ਉਹਨਾਂ ਦੀਆਂ ਕੁੱਲਾਂ ਉਤਾਰ ਦਿੰਦਾ, ਇਹ ਕਰਾਮਾਤ ਦਿੰਦੀ। ਕਦੇ ਇਹਦੇ ਨਾਲ ਜੁੜ ਕੇ ਦੇਖੋ ਸਵਾਦ, ਹੈ ਨਾ, ਮੇਰੇ ਕਹਿਣ ਨਾਲ ਨਹੀਂ ਆਉਣਾ, ਸਵਾਦ ਮਾਣ ਕੇ ਵੇਖੋ, ਰੰਗ ਮਾਣ ਕੇ ਵੇਖੋ, ਰੰਗ ਮਾਣ ਲੈ ਪਿਆਰਿਆ, ਜਾ ਜੋ ਬਣਨਾ ਹੋਲਾ, ਦਿਨ ਥੋੜ੍ਹੇ ਥੱਕੇ ਪਿਆ, ਤੂੰ ਹੁਣੇ ਰੰਗ ਮਾਣ ਲੈ। ਬੋਲੋ ਵਾਹਿਗੁਰੂ 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 ਵਾਹਿਗੁਰੂ। ਮੈਂ ਚਾਹੁੰਦਾ ਆਪਾਂ ਥੋੜ੍ਹੀ ਜਿਹੀ ਗੁਰਬਾਣੀ ਵੀ ਪੜ੍ਹ ਲਈਏ, ਹੁਣ ਗੱਲਾਂ ਤਾਂ ਬਹੁਤ ਸੁਣਾਤੀਆਂ, ਠੀਕ ਹੈ ਜੀ, ਅਤੇ ਇੱਕ ਰਤਨ ਤੁਸੀਂ ਲੈ ਜਾਓ ਆਪਣੇ ਪੱਲੇ ਬਣ ਕੇ, ਇੰਨੀਆਂ ਗੱਲਾਂ ਵਿੱਚੋਂ ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ, ਬਦਲ ਜਾਈਏ, ਖੜੇ ਹੋ ਜਾਓ, ਘੱਟ ਤੋਂ ਘੱਟ ਆਹ ਦਾ ਨਾਰਾ ਮਾਰ ਦਿਓ। ਮਲੇਰਕੋਟਲੇ ਜਵਾਬ ਨੇ ਆਹ ਦਾ ਨਾਰਾ ਮਾਰਿਆ ਸੀ, ਅੱਜ ਸਿੱਖ ਪੰਥ ਅਜੇ ਵੀ ਉਹਦਾ ਸ਼ੁਕਰ ਗੁਜ਼ਾਰ ਹੈ। ਤੁਸੀਂ ਹਾਂ ਦਾ ਹੀ ਨਾਰਾ ਮਾਰ ਦਿਓ, ਮਾਸੀ ਭੂਆ ਇਹ ਕੁੜੀ ਮੁੰਡੇ ਦਾ ਵਿਆਹ ਕਰਨ ਲੱਗੀ ਹੈ, ਪੈਲਸ ਵਿੱਚ ਜਾਣਾ ਸਿੱਖੀ ਦਾ ਕੰਮ ਨਹੀਂ, ਹਾਂ ਦਾ ਨਾਰਾ ਹੀ ਮਾਰ ਦਿਓ। ਇਹਦੇ ਨਾਲ ਸਿੱਖੀ ਦੀ ਬਦਨਾਮੀ ਹੁੰਦੀ ਹੈ। ਲੋਕ ਕਹਿੰਦੇ ਨੇ ਗੁਰੂ ਦਾ ਸਿੱਖ ਸ਼ਰਾਬ ਪੀਂਦਾ, ਕਹਿੰਦੇ ਕਿ ਨਹੀਂ ਕਹਿੰਦੇ, ਕਿਹਦੀ ਬਦਨਾਮੀ ਹੋਈ, ਗੁਰੂ ਦੀ, ਕੌਣ ਜ਼ਿੰਮੇਵਾਰ ਹੈ, ਮੈਂ। ਘੱਟੋ ਘੱਟ ਖੜੇ ਹੋ ਜਾਓ, ਹਾਂ ਦਾ ਨਾਰਾ ਮਾਰ ਦਿਓ, ਨਹੀਂ ਕੁਛ ਹੁੰਦਾ ਨਾ ਸੀ, ਹਾਂ ਦਾ ਨਾਰਾ ਮਾਰ ਦਿਓ, ਮੈਂ ਨਹੀਂ ਜਾਣਾ, ਮੈਂ ਤਾਂ ਗੁਰਦੁਆਰੇ ਤੱਕ ਜਾਵਾਂਗਾ, ਮੈਂ ਪੈਲਸ ਨਹੀਂ ਜਾਣਾ, ਮੇਰਾ ਗੁਰੂ, ਜਿੱਥੇ ਗੁਰੂ ਨਹੀਂ ਜਾ ਸਕਦਾ ਉੱਥੇ ਗੁਰੂ ਦਾ ਸਿੱਖ ਕਿਵੇਂ ਜਾ ਸਕਦਾ। ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ 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 ਵਾਹਿਗੁਰੂ। Thank you.
प्रकाश मनाए ने अज अरदास करो ये सच्चे पातशाह तू मेरे हिरदे विच भी प्रकाश हो जा जिवें तू इत्थे प्रकाश माने ना ये तेरे बचन मेरे हिरदे विच भी प्रकाश करण करावन शन भरिया गुरप्रसाद सहज कर पाया मिटिया अंधेरा अंदर चंद चढ़ जावे बाहर लाइटां बहुत जगाईया ने बाहर बल्ब बड़े लाए ने सच्ची पातशाह कि निका जा बल्ब मेरे अंदर भी जगा दियो अंदर ज्ञान का दीवा जगा दियो दीवा बले अंधेरा जाए अंदर अज्ञानता है जब दीवा बलेगा नाम का अज्ञानता चले जाएगी परमात्मा के दर्शन हो जाएंगे अपने आप के दर्शन हो जाएंगे उदन पता लगेगा जिन्हों लभदा सी वो तो मैं ही हाँ वाहेगुरु जी का खालसा अच्छा जी सत साजन तेरे चरण की सारे बोलो साजन तेरे चरण की ओए रहा सद तू नानक शरण तुहारिया देखूं सदा हजूर देखूं सदा हजूर सदा हजूर सद हजूर हाजर है नाजर
ਕਤੇ ਨਾ ਪਇਓ ਦੁਰਾਈ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਹੈ ਮੇਰੇ ਮਾਂ ਸਤਿਗੁਰ Hey!